Olympic gold medalist and former Indian hockey team captain Gurbux Singh had the calm of Mahatma Gandhi and aggression of Netaji Subash on the field. He was part of the Tokyo Olympics 1964 when India reclaimed the gold medal from Pakistan. Gurbux Singh was a part of second golden era that went on till the Asian Games triumph in 1968 before games' gradual decline. The recognition for Gurbux Singh, a fullback who led India to 1966 Asian Games gold, came in 1967 when he was awarded Arjuna Award. Let's walk down the memory lane with former Olympian Gurbux Singh. Sikh News Express ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅੱਜ ਪ੍ਰੋਗਰਾਮ ਰਾਈਟ ਐਂਗਲ ਦੇ ਵਿੱਚ ਸਾਡੇ ਨਾਲ ਨੇ ਬਹੁਤ ਹੀ ਰਿਨਾਊਂਡ ਤੇ ਬਹੁਤ ਹੀ ਸਕਸੈਸਫੁਲ ਇੰਡੀਅਨ ਹਾਕੀ ਟੀਮ ਦੇ ਫਾਰਮਰ ਕੈਪਟਨ ਐਂਡ ਜੁਆਇੰਟ ਕੈਪਟਨ ਤੇ ਜਿਨ੍ਹਾਂ ਨੇ ਕਸਟਮ ਦੇ ਵਿੱਚ ਵੀ ਸਰਵ ਕੀਤਾ ਉਹ ਜੋ ਸਾਡੇ ਨਾਲ ਨੇ ਉਹਨਾਂ ਨੇ ਇੱਕ ਆਪਣੀ ਆਟੋਬਾਇਓਗ੍ਰਾਫੀ ਵੀ ਲਿਖੀ ਹੈ ਗੋਲਡਨ ਡੇਜ਼ ਨਨ ਅਦਰ ਦੈਨ ਸਰਦਾਰ ਗੁਰਬਖਸ਼ ਸਿੰਘ ਜੀ ਸੋ ਉਹਨਾਂ ਨੂੰ ਮੈਂ ਇੱਕ ਪੋਇਟਰੀ ਦੇ ਨਾਲ ਇੱਕ ਕਿੱਤੇ ਦੇ ਨਾਲ ਉਹਨਾਂ ਨੂੰ ਸਨਮਾਨਿਤ ਕਰਨਾ ਚਾਹਾਂਗਾ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਹਾਥੋਂ ਕੀ ਲਕੀਰੋਂ ਸੇ ਜ਼ਿੰਦਗੀ ਨਹੀਂ ਬਣਤੀ ਅਜ਼ਮ ਹਮਾਰਾ ਵੀ ਹੈ ਜ਼ਿੰਦਗੀ ਬਣਾਨੇ ਮੇਂ ਵੈਲਕਮ ਟੂ ਦਾ ਸ਼ੋਅ ਸਰ ਥੈਂਕ ਯੂ ਸਿੰਘ ਸਾਹਿਬ ਫਸਟਲੀ ਆਈ ਵਾਂਟ ਟੂ ਆਸਕ ਤੁਸੀਂ ਤੁਹਾਡਾ ਜਿਹੜਾ ਪਿਛੋਕੜ ਸੀਗਾ ਜਿਹੜਾ ਪਟ ਸੀਗਾ ਪਿਸ਼ਾਵਰ ਤੋਂ ਸੀਗਾ ਸੋ ਟੈਲ ਮੀ ਸਮਥਿੰਗ ਅਬਾਊਟ ਯੋਰ ਅਰਲੀ ਡੇਜ਼ ਟੂ ਦਿਸ ਹਾਕੀ ਦੈਨ ਐਜ਼ ਅ ਬਿਜ਼ਨਸਮੈਨ ਦੇਖੋ ਮੈਂ ਤਾਂ ਪੈਦਾਇਸ਼ ਮੇਰੀ ਪਿਸ਼ਾਵਰ ਹੋਈ ਬਿਕਾਜ਼ ਮੇਰੇ ਫਾਦਰ ਉੱਥੇ ਆਰਮੀ ਸਨ ਉਹ ਪੋਸਟਡ ਸਨ ਉੱਥੇ ਓਕੇ ਔਰ ਐਕਚੁਅਲੀ ਵੀ ਬਿਲੋਂਗ ਟੂ ਦਾ ਏਰੀਆ ਜਿਹੜਾ ਰਾਵਲਪਿੰਡੀ ਦਾ ਏਰੀਆ ਹੈ ਓਕੇ ਡਿਸਟ੍ਰਿਕਟ ਜੇਹਲਮ ਐਂਡ ਉਹਦੇ ਬਾਅਦ ਫਿਰ ਸਾਡੀ ਕਾਫੀ ਮੇਰੀ ਜਿਹੜੀ ਉਮਰ ਗੁਜ਼ਰੀ ਬਚਪਨ ਦੀ ਉਹ ਰਾਵਲਪਿੰਡੀ ਗੁਜ਼ਰੀ ਬਿਕਾਜ਼ ਫਾਦਰ ਉੱਥੇ ਸਨ ਪੋਸਟਡ ਸਨ ਜੀ ਔਰ ਉਹਦੇ ਬਾਅਦ ਜਿਹੜੇ ਪਾਕਿਸਤਾਨ ਜਿਹੜੇ ਬਣਿਆ ਜਿਸ ਵੇਲੇ ਇੰਡੀਆ ਇੰਡੀਪੈਂਡੈਂਸ ਹੋਈ ਉਹਦੇ ਬਾਅਦ ਉਸ ਵੇਲੇ ਦਾਨਾਪੁਰ ਸਨ ਤਾਂ ਅਸੀਂ ਛੁੱਟੀਆਂ ਮਨਾਉਣ ਆ ਗਏ 47 ਦੇ ਵਿਚਕਾਰ ਐਂਡ ਅਸੀਂ ਉਸਦੇ ਬਾਅਦ ਵਾਪਸ ਨਹੀਂ ਜਾ ਸਕੇ ਜੀ ਜੀ ਅਤੇ ਹਾਕੀ ਜਿਹੜੀ ਸੀ ਮੇਰੇ ਫਾਦਰ ਵੀ ਖੇਡਦੇ ਸਨ ਉਹਨਾਂ ਨੇ ਬੜੀ ਅੱਛੀ ਟੀਮ ਬਣਾਈ ਹੋਈ ਸੀ ਉੱਥੇ ਉਸ ਵੇਲੇ ਹੁਣ ਏ ਐਮ ਸੀ ਹੈ ਉਹਦੇ ਉਸ ਤੋਂ ਪਹਿਲੇ ਇੰਡੀਅਨ ਹੋਸਪਿਟਲ ਕੋਰਸ ਸੀ ਬ੍ਰਿਟਿਸ਼ ਟਾਈਮ 'ਤੇ ਜੀ 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 ਅਤੇ ਉਹਦੇ ਵਿਚਕਾਰ ਉਹਨਾਂ ਨੇ ਉੱਥੇ ਹਾਕੀ ਟੀਮ ਬਣਾਈ ਹੋਈ ਸੀ ਰਾਵਲਪਿੰਡੀ ਦੇ ਵਿੱਚ ਔਰ ਉਹਦੇ ਵਿੱਚ ਕਾਫੀ ਪਲੇਅਰ ਸੰਸਾਰਪੁਰ ਜਿਹੜਾ ਕਿ ਫੇਮਸ ਵਿਲੇਜ ਹੈ ਜਲੰਧਰ ਦੇ ਕੋਲ ਉੱਥੇ ਦੇ ਕਾਫੀ ਪਲੇਅਰ ਸਨ ਓਕੇ ਮੈਨੂੰ ਅਜੇ ਵੀ ਯਾਦ ਹੈ ਕਿ ਹਜ਼ੂਰਾ ਸਿੰਘ ਔਰ ਉੱਥੇ ਸੋਹਣ ਸਿੰਘ ਸੰਤ ਸਿੰਘ ਦੇ ਕਾਫੀ ਪਲੇਅਰ ਸਨ ਉੱਥੇ ਜਿਹੜੇ ਕਿ ਉਹਨਾਂ ਨੇ ਉੱਥੇ ਉਹਨਾਂ ਨੂੰ ਭਰਤੀ ਕੀਤਾ ਸੀ ਔਰ ਅੱਛੀ ਟੀਮ ਬਣਾਈ ਸੀ ਬੜੀ ਅੱਛੀ ਟੀਮ ਵੀ ਖੇਡਦੇ ਸੀ ਮੇਰੇ ਫਾਦਰ ਵੀ ਖੇਡਦੇ ਸੀ ਉਹ ਵੀ ਫੁੱਲਬੈਕ ਖੇਡਦੇ ਸੀ ਅਤੇ ਫੁੱਟਬਾਲ ਵੀ ਖੇਡਦੇ ਸੀ ਹਾਕੀ ਵੀ ਖੇਡਦੇ ਸੀ ਓਕੇ ਅਤੇ ਉਹ ਦੇਖ ਕੇ ਮੈਂ ਇੱਕ ਮੈਚ ਦੇਖਣ ਜਾਂਦਾ ਸੀ ਮੈਂ ਜਿਹੜੇ ਪਾਕਿਸਤਾਨ ਬਣਿਆ ਉਸ ਵੇਲੇ ਮੇਰੀ ਉਮਰ ਸੀ ਤਕਰੀਬਨ 11 ਸਾਲ ਮੇਰੀ 1935 ਦੀ ਪੈਦਾਇਸ਼ ਹੈ ਅਤੇ ਅਬਾਊਟ 11-12 ਸਾਲ ਦੀ ਉਮਰ ਸੀ ਅਤੇ ਉਸਦੇ ਬਾਅਦ ਅਸੀਂ ਪਟਨਾ ਸਾਹਿਬ ਆ ਗਏ ਦਾਨਾਪੁਰ ਕਲੋਜ਼ ਟੂ ਪਟਨਾ ਤਾਂ ਉੱਥੇ ਅਸੀਂ ਠਹਿਰੇ ਉੱਥੇ ਰਹਿ ਕੇ ਅਬਾਊਟ ਸਾਲ ਕੁ ਉੱਥੇ 6 ਮਹੀਨਾ 8 ਮਹੀਨਾ ਉੱਥੇ ਰਹੇ ਉਹਦੇ ਬਾਅਦ ਮਊ ਹੋ ਗਈ ਸਾਡੀ ਉਹਨਾਂ ਦੀ ਲਖਨਊ ਚਲੇ ਗਏ ਓਕੇ ਲਖਨਊ ਫਿਰ ਕਾਫੀ ਮੇਰੀ ਹਾਕੀ ਜਿਹੜੀ ਸੀ ਉਹ ਹੋਈ ਐਂਡ ਉੱਥੇ ਫਿਰ ਉਹਨਾਂ ਨੇ ਟੀਮ ਬਣਾਈ ਆਈ ਏ ਐਮ ਸੀ ਇੰਡੀਅਨ ਆਰਮੀ ਮੈਡੀਕਲ ਕੋਰ ਕਰਕੇ ਉਹਨਾਂ ਨੇ ਫਿਰ ਉੱਥੇ ਟੀਮ ਬਣਾ ਲਈ ਮੇਰੇ ਫਾਦਰ ਨੇ ਔਰ ਉੱਥੋਂ ਮੈਂ ਫਿਰ ਰੀਅਲੀ ਸੀਰੀਅਸਲੀ ਹਾਕੀ ਖੇਡਣੀ ਸ਼ੁਰੂ ਕੀਤੀ ਬਟ ਮੈਂ ਸਕੂਲ ਦੇ ਵਿਚਕਾਰ ਐਕਚੁਅਲੀ ਬੈਡਮਿੰਟਨ ਖੇਡਦਾ ਰਿਹਾ ਕਾਫੀ ਓਕੇ ਕਾਫੀ ਬੈਡਮਿੰਟਨ ਖੇਡਦਾ ਰਿਹਾ ਲੇਕਿਨ ਹਾਕੀ ਵੱਲ ਸੀ ਰੁਝਾਨ ਸੀ ਅਤੇ ਆਈ ਟੁੱਕ ਅਪ ਹਾਕੀ ਸੋ ਹੂ ਹੈਜ਼ ਬੀਨ ਯੂਅਰ ਆਈਡਲ ਔਰ ਦਾ ਵਨ ਹੂ ਇਨਫਲੂਐਂਸ ਯੂ ਦਾ ਮੋਸਟ ਡਿਊਰਿੰਗ ਜਦੋਂ ਤੁਸੀਂ ਖੇਡਦੇ ਸੀਗੇ ਸਭ ਤੋਂ ਜ਼ਿਆਦਾ ਤੁਹਾਨੂੰ ਕੌਣ ਇਨਫਲੂਐਂਸ ਕਰਦਾ ਸੀ ਜਾਂ ਮੋਟੀਵੇਟ ਕਰਦਾ ਸੀ ਦੇਖੀ ਮੋਟੀਵੇਸ਼ਨ ਦਾ ਤਾਂ ਮੈਂ ਖੈਰ ਸਬ ਕੌਨਸ਼ੀਅਸ ਆਈ ਥਿੰਕ ਆਈਡਲ ਕੌਣ ਸੀਗਾ ਐਜ਼ ਏ ਹਾਕੀ ਪਲੇਅਰ ਜੀ ਆਈ ਥਿੰਕ ਆਈਡਲ ਤਾਂ ਹਮੇਸ਼ਾ ਹਰ ਇੱਕ ਦਾ ਮੇਰੇ ਜਨਰੇਸ਼ਨ ਦਾ ਧਿਆਨ ਚੰਦ ਸੀ ਓਕੇ ਸੋ ਧਿਆਨ ਚੰਦ ਵਾਜ਼ ਦਾ ਆਈਡਲ ਆਲਦੋ ਆਈ ਹੈਡ ਨਾਟ ਸੀਨ ਹਿਮ ਪਲੇ ਓਕੇ ਮੈਂ ਆਪਣੇ ਉਸ ਦੇ ਵਿਚਕਾਰ ਫਾਰ ਪੂਰੇ ਫਾਰਮ ਵਿੱਚ ਨਹੀਂ ਦੇਖਿਆ ਜੀ ਲੇਕਿਨ ਆਈ ਵਾਜ਼ ਫੋਰਚੂਨੇਟ ਇਨਫ ਲੇਟਰ ਇਨ ਲਾਈਫ ਓਕੇ ਕਿ ਜਿੱਥੇ ਕਿ ਉਹ ਮੇਰਾ ਕੋਚ ਵੀ ਬਣ ਕੇ ਯੂਰਪ ਟੂਰ 'ਤੇ ਗਏ ਓਕੇ 1963 'ਚ ਔਰ ਉਸ ਤੋਂ ਪਹਿਲੇ 55 ਦੇ ਵਿਚਕਾਰ ਜਿਹੜੇ ਫਾਦਰ ਰਿਟਾਇਰ ਹੋ ਗਏ ਜੀ ਅਤੇ ਅਸੀਂ ਮੇਰਠ ਸੈਟਲ ਹੋਏ ਉੱਥੇ ਉਹ ਆਰਮੀ 'ਚ ਇੱਕ ਪੰਜਾਬ ਰੈਜੀਮੈਂਟ ਦੇ ਹੈਸਨ ਇੰਚਾਰਜ ਅਤੇ ਉਹਨਾਂ ਦੀ ਟੀਮ ਦੇ ਅਗੇਂਸਟ ਮੈਂ ਖੇਡਦਾ ਰਿਹਾ ਐਜ਼ ਏ ਕਾਲਜ ਸਟੂਡੈਂਟ ਓਕੇ ਸੋ ਕਾਫੀ ਰਿਹਾ ਲੇਕਿਨ ਮੈਂ ਸਮਝਦਾ ਕਿ ਮੈਂ ਇਨਫਲੂਐਂਸ ਜ਼ਿਆਦਾ ਹੋਇਆ ਬਾਏ ਮਾਈ ਫਾਦਰ ਆਲਸੋ ਕਿ ਨਾਟ ਐਜ਼ ਏ ਹਾਕੀ ਪਲੇਅਰ ਬਟ ਐਜ਼ ਏ ਸਪੋਰਟਸ ਵਿੱਚ ਮੇਰੇ ਪਾਉਣ ਵਾਲਾ ਜੀ ਆਈ ਥਿੰਕ ਲਾਟ ਆਫ ਇਟ ਵਾਜ਼ ਇਨ ਮਾਈ ਵਾਜ਼ ਇਨਫਲੂਐਂਸ ਬਾਏ ਮਾਈ ਫਾਦਰ ਜੀ ਸੋ ਤੁਹਾਨੂੰ ਯਾਦ ਹੈ ਵਟ ਵਾਜ਼ ਵੈਨ ਵਾਜ਼ ਦਾ ਫਸਟ ਇਨਕਾਊਂਟਰ ਵਿਦ ਮੇਜਰ ਧਿਆਨ ਚੰਦ
ਮੈਂ ਸਮਝਦਾ ਕਿ ਪਹਿਲਾਂ ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਦੇਖਿਆ ਓਕੇ ਮੇਰੇ ਕੋਲ ਆਟੋਗ੍ਰਾਫੀ ਹੈ 1955 ਵਿੱਚ ਓਕੇ ਮੈਂ ਮੱਧ ਭਾਰਤ ਨੂੰ ਰਿਪ੍ਰੈਜੈਂਟ ਕੀਤਾ ਬਿਕੋਜ਼ ਉਸ ਵੇਲੇ ਇੰਦੌਰ 'ਚ ਹਾਲਗੜ ਕਾਲਜ ਇੰਦੌਰ 'ਚ ਮੈਂ ਪੜ੍ਹਦਾ ਸੀ ਅਤੇ ਮੈਂ 55 ਦੇ ਵਿਚਕਾਰ ਜਨਮ ਇੱਥੇ ਗਵਾਲੀਅਰ ਹੋਈ ਮੇਰੀ ਸਿਲੈਕਸ਼ਨ ਅਤੇ ਉਸ ਵਿੱਚ ਜਿਹੜੇ ਕੋਚ ਮੇਰੇ ਨਾਲ ਗਏ ਉਹ ਧਿਆਨ ਚੰਦ ਦੇ ਛੋਟੇ ਬ੍ਰਦਰ ਦ ਗ੍ਰੇਟ ਰੂਪ ਸਿੰਘ ਸਨ ਓਕੇ ਸੋ ਫਾਰਚੂਨੇਟ ਐਂਡ 20 ਈਅਰ ਓਲਡ ਆਈ ਵਾਜ਼ ਓਨਲੀ 20 ਐਟ ਦੈਟ ਟਾਈਮ ਅਤੇ ਮੈਂ ਉਹਨਾਂ ਦੇ ਨਾਲ ਗਿਆ ਉੱਥੇ ਕੀ ਨਾ ਮਦਰਾਸ ਨੈਸ਼ਨਲ ਚੈਂਪੀਅਨਸ਼ਿਪ ਹੋਈ ਪਹਿਲੀ ਔਰ ਉੱਥੇ ਮੈਂ ਪਹਿਲੀ ਵਾਰੀ ਧਿਆਨ ਚੰਦ ਨੂੰ ਕਲੋਜ਼ਲੀ ਐਜ ਧਿਆਨ ਚੰਦ ਦੇਖਿਆ ਐਜ਼ ਏ ਹਾਕੀ ਪਲੇਅਰ ਦੇਖਿਆ ਕਿ ਉਹ ਲੁੱਕ ਆਫਟਰ ਕਰ ਰਹੇ ਸਨ ਆਰਮੀ ਟੀਮ ਨੂੰ ਅਤੇ ਉੱਥੇ ਜਾ ਕੇ ਮੈਂ ਪਹਿਲਾਂ ਦੇਖਿਆ ਔਰ ਉੱਥੇ ਮੈਂ ਉਹਨਾਂ ਦਾ ਪਹਿਲਾਂ ਆਟੋਗ੍ਰਾਫੀ ਲਿਆ ਕਹਿੰਦੇ ਸੀ ਕਿ ਉਹਨਾਂ ਦੇ ਹੱਥਾਂ 'ਚ ਜਾਦੂ ਸੀਗਾ ਉਹ ਜਿਵੇਂ ਖੇਡਦੇ ਸੀਗੇ ਗੱਲ ਸੱਚੀ ਹੈ ਕਿ ਕੁਝ ਜਾਦੂ ਦਾ ਸੈਂਸ ਇਹ ਸੀ ਕਿ ਮੈਂ ਜਿਹੜੇ ਮੈਂ ਉਸਦੇ ਬਾਅਦ ਪਹਿਲੀ ਵਾਰੀ ਜਿਹੜੇ 59 ਕੈਂਪ ਮੈਂ ਅਟੈਂਡ ਕੀਤਾ ਇੰਡੀਆ ਦਾ ਅਤੇ ਦੈਟ ਵਾਜ਼ ਇਨ ਪਟਿਆਲਾ ਅਤੇ ਉਹ ਇੰਚਾਰਜ ਸਨ ਪਟਿਆਲਾ ਆਪਣਾ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਦੇ ਅਤੇ ਉੱਥੇ ਅਸੀਂ ਉਹਨਾਂ ਨੂੰ ਦੇਖਿਆ ਕਲੋਜ਼ਲੀ ਬਹੁਤ ਕਲੋਜ਼ਲੀ ਹੀ ਵਾਜ਼ ਅ ਪਾਰਟ ਆਫ ਦਾ ਕੈਂਪ ਇੰਚਾਰਜ ਆਫ ਦਾ ਕੈਂਪ ਅਤੇ ਉੱਥੇ ਐਜ਼ ਏ ਚੀਫ ਕੋਚ ਆਲਸੋ ਉਹਨਾਂ ਨੂੰ ਦੇਖਿਆ ਕਿ ਦੋ ਤਿੰਨ ਚੀਜ਼ਾਂ ਦੇਖੀਆਂ ਮੈਂ ਸਪੈਸ਼ਲ ਜਿਹੜੀਆਂ ਮੈਂ ਮੈਨਸ਼ਨ ਵੀ ਕੀਤੀਆਂ ਕਿਤਾਬ ਵਿੱਚ ਕਿ ਉਹਨਾਂ ਦੀ ਬੁਲੀ ਓਕੇ ਜਿਹੜੇ ਬੁਲੀ ਕਰਦੇ ਸਨ ਅਤੇ ਉਹ ਸਾਰੇ ਪਲੇਅਰਾਂ ਨੇ ਟਰਾਈ ਕੀਤਾ ਦ ਗ੍ਰੇਟਸ ਆਲਸੋ ਬਲਬੀਰ ਸਰ ਬਲਬੀਰ ਸਿੰਘ ਵਾਜ਼ ਦੇਅਰ ਕ੍ਰਿਸ਼ਨ ਲਾਲ ਦਾ 48 ਕੈਪਟਨ ਵਾਜ਼ ਦੇਅਰ ਕਲੌਡੀਅਸ ਕੈਪਟਨ ਆਫ 60 ਵਾਜ਼ ਦੇਅਰ ਔਰ ਇਹ ਸਾਰੇ ਗ੍ਰੇਟ ਪਲੇਅਰ ਨੇ ਉਹ ਕੋਈ ਉਹਦੇ ਕੋਲੋਂ ਬੁਲੀ ਤਿੰਨ ਵਾਰੀ ਕਰਕੇ ਕੋਈ ਬੁਲੀ ਧਿਆਨ ਚੰਦ ਕੋਲ ਨਹੀਂ ਸੀ ਲੈ ਸਕਦਾ ਆਲਸੋ ਇਜ਼ ਹਾਫ ਵਾਲੀ ਗੋਲ ਦੇ ਵਿਚਕਾਰ 100% ਗੋਲ ਕਰਨ ਦੀ ਹਾਫ ਵਾਲੀ ਐਂਡ ਉਸ ਵੇਲੇ ਰਿਟਾਇਰ ਹੋ ਚੁੱਕੇ ਸੀ ਕਾਫੀ ਉਮਰ ਦੇ ਸਨ ਹੀ ਮਸਟ ਬੀ ਨੀਅਰ ਅਬਾਊਟ 58-60 ਅਤੇ ਉਸ ਵਕਤ ਵੀ ਉਹਨਾਂ ਦੀ ਇਹ ਜਾਦੂਗਰੀ ਹੈ ਸੀ ਅਤੇ ਬਾਕੀ ਅਦਰਵਾਈਜ਼ ਤਾਂ ਮੈਂ ਨਹੀਂ ਕਹਿ ਸਕਦਾ ਕਿ ਮੈਂ ਉਹਨੂੰ ਫੁੱਲ ਫਾਰਮ ਵਿੱਚ ਟਾਪ 'ਤੇ ਉਹਨੂੰ ਦੇਖਿਆ ਹੋਏਗਾ ਕਦੀ ਉਹਨਾਂ ਨੂੰ ਵੈਸੇ ਬਹਿ ਕੇ ਕੁਛ ਕੁਝ ਟਿਪਸ ਜਾਂ ਜਿਵੇਂ ਹੁੰਦਾ ਹਰ ਬੰਦੇ ਨੂੰ ਕਿਹਾ ਸਾਡੀ ਲਾਈਨ ਦੇ ਬਹੁਤ ਵੱਡੇ ਉਹ ਹੈਗੇ ਨੇ ਅਤੇ ਸਾਨੂੰ ਇਹਨਾਂ ਤੋਂ ਸਿੱਖਣ ਨੂੰ ਮਿਲ ਜਾਏ ਕੁਝ ਸੰਗਤ ਕਰਨ ਦਾ ਮੌਕਾ ਮਿਲ ਜਾਏ ਕੁਝ ਐਵੇਂ ਦਾ ਮੌਕਾ ਦੋ ਇੰਸਟੈਂਸਿਸ ਤੁਹਾਨੂੰ ਦੱਸਾਂ ਮੈਂ ਜਿਹੜੇ ਇੰਡੀਆ ਨੂੰ ਕੈਪਟਨ ਕਰ ਰਿਹਾ ਸੀ 1966 'ਚ ਜਦੋਂ ਮੈਂ ਕੈਪਟਨ ਕਰ ਰਿਹਾ ਸੀ ਅਤੇ ਉਸ ਵਕਤ ਮੈਂ ਉੱਥੇ ਐਮਸਟਰਡਮ ਗਿਆ ਐਮਸਟਰਡਮ ਜਾ ਕੇ ਅਤੇ ਉਹ ਮੇਰੇ ਨਾਲ ਡਿਨਰ ਰਾਤ ਨੂੰ ਹੋਇਆ ਅਤੇ ਮੇਰੇ ਨਾਲ ਇੱਕ ਬੰਦਾ ਬੈਠਾ ਸੀ ਓਲਡ ਮੈਨ ਅਤੇ ਉਹ ਮੈਨੂੰ ਕਹਿਣ ਲੱਗਾ ਕਿ ਮੈਂ 1936 'ਚ ਧਿਆਨ ਚੰਦ ਦੇ ਅਗੇਂਸਟ ਮੈਂ ਦੇਖਿਆ ਉਹਨੂੰ ਖੇਡਿਆ ਉੱਥੇ ਧਿਆਨ ਚੰਦ ਦੇ ਅਗੇਂਸਟ ਮੈਂ ਖੇਡਿਆ ਅਤੇ ਮੈਂ ਕਿਹਾ ਹਾਊ ਗੁੱਡ ਵਾਜ਼ ਧਿਆਨ ਚੰਦ ਅਤੇ ਉਹਦਾ ਜਿਹੜਾ ਜਵਾਬ ਸੀ ਬਹੁਤ ਅੱਛਾ ਲੱਗਿਆ ਉਹਨੇ ਕਿਹਾ ਕਿ ਦੇਖੋ ਧਿਆਨ ਚੰਦ ਪ੍ਰੋਬੇਬਲੀ ਧਿਆਨ ਚੰਦ ਵਿਲ ਨਾਟ ਸਕੋਰ ਐਜ਼ ਮੈਨੀ ਗੋਲਸ ਟੂਡੇ ਅਗਰ ਉਸ ਅੱਜ ਅਗਰ ਉਸ ਵੇਲੇ 11 ਮਾਰਦਾ ਸੀ 12 ਗੋਲ ਕਰਦਾ ਸੀ ਤਾਂ ਅੱਜ 5 ਕਰੇਗਾ ਲੇਕਿਨ ਸਟਿਲ ਅੱਜ ਵੀ 5 ਗੋਲ ਕਰੇਗਾ ਧਿਆਨ ਚੰਦ ਇਤਨਾ ਅੱਛਾ ਸੀ ਉਹਨੇ ਅੱਜ ਦੀ ਹਾਕੀ ਵੀ ਦੇਖੀ ਔਰ ਧਿਆਨ ਚੰਦ ਦੇ ਅਗੇਂਸਟ ਖੇਡਿਆ ਵੀ ਸੀ ਸੋ ਦੈਟ ਵਾਜ਼ ਹਿਜ਼ ਅਸੈਸਮੈਂਟ ਇੱਕ ਹੋਰ ਅਸੈਸਮੈਂਟ ਜਿਹੜੀ ਮੈਂ ਮੈਨਸ਼ਨ ਕਰਾਂ ਉਦੋਂ ਵੀ ਬਹੁਤ ਕਿਉਂਕਿ ਜਿਹੜੇ ਗ੍ਰੇਟ ਜਿਹੜੇ ਕਿ ਉਹਨਾਂ ਨੂੰ ਧਿਆਨ ਚੰਦ ਨੂੰ ਦੇਖਿਆ ਸੀ ਉਸ ਟਾਈਮ 'ਤੇ ਉਹ ਸੀ ਨਾਗਰਵਾਲਾ ਜੀ ਡੀ ਨਾਗਰਵਾਲਾ ਹੀ ਵਾਜ਼ ਆਈ ਜੀ ਆਫ ਪੁਲਿਸ ਬੰਬੇ ਉਹ ਚੇਅਰਮੈਨ ਸਿਲੈਕਸ਼ਨ ਕਮੇਟੀ ਸੀ ਉਹ ਇਸ ਤਰ੍ਹਾਂ ਸਾਰੇ ਬੈਠੇ ਸਨ ਅਤੇ ਸਾਰੇ ਗੱਲਾਂ ਕਰ ਰਹੇ ਸਨ ਕਿ ਬਈ ਗ੍ਰੇਟ ਪਲੇਅਰਸ ਅਤੇ ਉਹ ਉੱਥੇ ਗੱਲ ਨਿਕਲੀ ਉਹ ਕਹਿਣ ਲੱਗੇ ਜੀ ਸਭ ਤੋਂ ਅੱਛਾ ਗ੍ਰੇਟੈਸਟ ਪ੍ਰੋਬੇਬਲੀ ਦ ਗ੍ਰੇਟੈਸਟ ਸਕੋਰਰ ਇੰਡੀਆ ਹੈਜ਼ ਪ੍ਰੋਡਿਊਸ ਇਜ਼ ਸਰਦਾਰ ਬਲਬੀਰ ਸਿੰਘ ਸੀਨੀਅਰ ਦ ਗ੍ਰੇਟੈਸਟ ਡ੍ਰਿਬਲਰ ਔਰ ਡਿਸਟ੍ਰੀਬਿਊਟਰ ਆਫ ਬਾਲ ਵਾਜ਼ ਕੇ ਡੀ ਸਿੰਘ ਬਾਬੂ ਦੈਨ ਵੇਅਰ ਟਨ ਧਿਆਨ ਚੰਦ ਕਮਸ ਇਨ ਅਤੇ ਉਹਨਾਂ ਦਾ ਜਵਾਬ ਸੀ ਕਿ ਧਿਆਨ ਚੰਦ ਇਜ਼ ਪ੍ਰੋਬਲੀ ਦ ਗ੍ਰੇਟੈਸਟ ਮੋਸਟ ਕੰਪਲੀਟ ਪਲੇਅਰ ਐਵਰ ਪ੍ਰੋਡਿਊਸ ਕਿ ਹੀ ਵਾਜ਼ ਅ ਗੁੱਡ ਡ੍ਰਿਬਲਰ ਮੇ ਬੀ ਨਾਟ ਐਜ਼ ਗ੍ਰੇਟ ਐਜ ਬਲਬੀਰ ਸਿੰਘ ਨਾਟ ਐਜ ਗ੍ਰੇਟ ਸੋਰੀ ਸਕੋਰਰ ਨਾਟ ਐਜ ਗ੍ਰੇਟ ਡ੍ਰਿਬਲਰ ਐਜ ਕੇ ਡੀ ਸਿੰਘ ਬਾਬੂ ਲੇਕਿਨ ਕੰਬਾਈਂਡ ਡ੍ਰਿਬਲਿੰਗ ਸਕੋਰਿੰਗ ਡਿਸਟ੍ਰੀਬਿਊਸ਼ਨ ਆਫ ਦਾ ਬਾਲ ਆਲ ਐਵਰੀਥਿੰਗ ਕੰਬਾਈਂਡ ਕਰਕੇ ਹੀ ਵਾਜ਼ ਅ ਗ੍ਰੇਟੈਸਟ ਪਲੇਅਰ ਐਵਰ ਬੋਰਨ ਸੋ ਦਿਸ ਇਜ਼ ਵਾਟ ਵੇਅਰ ਧਿਆਨ ਚੰਦ ਸਟੈਂਡਸ ਜੀ ਸੋ ਵਾਟ ਹੈਜ਼ ਬੀਨ ਯੂਰ ਬਿਗੈਸਟ ਚੈਲੰਜ ਸੋ ਫਾਰ ਪਰ ਵਾਟ ਹੈਜ਼ ਬੀਨ ਯੂਰ ਬਿਗੈਸਟ ਚੈਲੰਜ ਸੋ ਫਾਰ ਮਾਈ ਚੈਲੰਜ ਯਾ ਯੂ ਕੈਨ ਇਮੇਜਿਨ ਆਈ ਕੈਨ ਸੇ ਦੈਟ ਮਾਈ ਸਪੈਕਸ ਓਕੇ ਬਿਕੋਜ਼ ਆਈ ਨੈਵਰ ਥੋਟ ਇਨ ਫੈਕਟ ਆਈ ਮੇ ਬੀ ਆਈ ਵਿਲ ਗਿਵ ਯੂ ਐਨ ਇੰਸਟੈਂਸ ਦੈਨ 59 ਵੈਨ ਆਈ ਵਾਜ਼ ਇਨ ਦਾ ਕੈਂਪ ਜੀ ਸੋ ਮਾਈ ਇੰਗੇਜਮੈਂਟ ਟੁੱਕ ਪਲੇਸ ਐਟ ਦੈਟ ਟਾਈਮ ਸੋ ਆਈ ਲੈਫਟ ਦਾ ਕੈਂਪ ਫਾਰ ਡੇਲੀ ਫਾਰ ਵਨ ਡੇ ਟੁੱਕ ਪਰਮਿਸ਼ਨ ਸਰ ਬਲਬੀਰ ਸਿੰਘ ਵਾਜ਼ ਦਾ ਇੰਚਾਰਜ ਐਂਡ ਵੈਨ ਆਈ ਵਾਜ਼ ਨਾਟ ਸਿਲੈਕਟਡ ਆਈ ਵਾਜ਼ ਸਿਲੈਕਟਡ ਐਂਡ ਦੈਨ ਪੀਪਲ ਟੋਲਡ ਮੀ ਦੈਟ ਨੋ ਯੂ ਵਰ ਆਲਸੋ ਆਫਟਰਵਰਡਸ ਯੂ ਵਰ ਪੁੱਟ ਆਊਟ ਦੇ ਵਰ ਟੂ ਅਦਰ ਚੇਂਜਿਸ ਮੇਡ ਵਨ ਵਾਜ਼ ਨਿਮਲ ਫਰੋਮ ਰੇਲਵੇਜ਼ ਆਈ ਵਾਜ਼ ਫਰੋਮ ਬੰਗਾਲ ਐਂਡ ਟੂ ਅਦਰ ਪਲੇਅਰਸ ਕੇਮ ਇਨ ਐਨੀਵੇ ਦੈਟਸ ਅ ਸਾਈਡ ਅਪਾਰਟ ਦੈਨ ਆਈ ਵਾਜ਼ ਕਾਲਡ ਬਾਈ ਦਾ ਬਾਈ ਅਸ਼ਵਨੀ ਕੁਮਾਰ ਹੀ ਵਾਜ਼ ਦ ਪ੍ਰੈਜ਼ੀਡੈਂਟ ਆਫ ਦ ਇੰਡੀਅਨ ਹਾਕੀ ਫੈਡਰੇਸ਼ਨ ਇਨ ਦਾ ਕੈਂਪ ਓਕੇ ਹੀ ਵਾਜ਼ ਕਾਲਡ ਐਂਡ ਕਲੌਡੀਅਸ ਦ ਕੈਪਟਨ ਵਾਜ਼ ਦੇਅਰ
Sardar Bagbir Singh was there and I was called. And he told me that, I'm sorry you're not selected, but you are invited to leave the camp. I said, I took the permission and went. Anyway, then I asked him if I'm not selected. I told him at that time. Okay. If I'm not selected because of my spectacles, I will never come again to the camp. Okay. And old man Canada can no, and quote in English what he told me. He said, no, Gurbux, you play the same game and show these selectors how wrong they were not in selecting you. And I said, okay, I'll carry on. And that is what inspired me. Chalo, enka karke nahi, main khelda rahanga. Aur mazak di gal hai ude vichkar, I mentioned also that ke the people used to joke, just for it's a banter, you can say, ke oh bahar baithe sare munde utthe 59 kehne lage, yaar Gurbux di te selection honi nahi kyunki ajay Europe vich bada beef panda hai. Because the Viper didn't become a Jainkar. So, these are the things which happened to me. But I think it was no impediment to me. And later on, I think India, the country also realized that I was good enough to come into the Indian team and remain there for next 7-8 years. And I'm also, I will say, I'm proud of the fact that when India needed me, I was originally a fullback. All my life I played as a fullback. From a foul line I came to the fullback. Lekin jede Hindustan 64 je need pai sada left half fail kar gaya New Zealand. Then unhone mainu kiya ki tu left half khel. Though I was scared, but main khelya left half puri Olympic. Ab main 64 di gold medal laya as playing as a left half. Okay. Then the next Olympics and the Asian Games I played as a right fullback. So I can say that dono position the pure tournament khelna, I don't think any other player has done that as a fullback and as a left half. Ji, main Olympics se thodi der tak aana, main us to main ajje padh reha si ki jehde apne Pakistan wale dujje wale passe jehde bande si ge, oh vi Punjabi si ge, shayad Chakwal si ge, sare Punjabi si, thode pind to si ge pich ancestor pind to. Haan ji, oh tonu mazak nal kuch si ge, they used to call me professor kyunki main anka paiyan patla ja si, hakki pind te lagda hi si. Okay. They also chacha, okay, Punjabi ji chacha ki hal hai, like that. So it was fun. But anyway, I think we enjoyed it. It was not so peri-peri at that time. Okay. Unfortunately, because the reason was that partition and the mark-kutai was there for a few years. Okay. 47 or 64 was not much time. So I think that was a little bit. I'll tell you, mazak di gal hai, lekin so bad it was. Ke assi gaye te assi pehle din utthe kitchen, Asian kitchen vakhra si. Ki apne cook le jande si. Haan ji, haan ji. Apne cook vi le ja sakde si. To Indian cooks were also there aur Pakistani cooks were there. To assi pehle din dining hall gaye te dekhya Pakistan de unhon likh ke rakhya hai upar lagaya hoya. Urdu ch halal, English ch halal. And when we went to the next day, sada si Kartar Singh karke si, I don't know whether he was a wrestling coach or shooting coach, something. Unhe gaal kat ke kehne laga, theek hai, main kal dikhaunga inhanu. So the next day we went to the kitchen, we found Punjabi chupar chatka, Hindi chatka, Urdu chatka, English chatka. So this is what it was used to go on. Okay. But I think it's much better now. Okay. Kafi. मतलब आपस में उतनी ज्यादा नहीं है. ठीक हां ठीक है, अजय टीम व्हाई नॉट, तुसी जितना चाहते हो भी जितना चाहते हैं और सारी मुल्क की जितना चाहते हैं. हु इज योर फेवरेट हॉकी प्लेयर नाउ ते पहला? हुण ते मैं समझदा के हुण तक लास्ट तक ते मैं समझदा के द वन ऑफ द ग्रेट्स हैज बीन सरदारा सिंह. वो रिटायर हुण मतलब रिटायर तो नहीं होया, बट एनीवे ही वाज नॉट इन द काउंटर टीम, बट आई थिंक उन्हें डोमिनेट किया है इंडियन हॉकी नू एंड वर्ल्ड हॉकी नू फॉर लास्ट 7-8 इयर्स. प्रगट वाज वेरी गुड ड्यूरिंग माय टाइम एंड बिफोर दैट. ध्यानचंद तो बाद आई थिंक देयर हैव बीन लॉट ऑफ देम. बलबीर वाज देयर, बलबीर सीनियर, उधम सिंह, देन केशव दत्त एंड ऑल्सो अपना लेजली क्लॉडियस. सो लॉट ऑफ देम हैव बीन देयर. जिन्हें तो मैं खेलिया और अगेंस्ट भी खेलिया, आप उन्होंने नाल भी खेलिया. लेकिन मेरे टाइम थे देर वर लॉट ऑफ ग्रेट्स. प्रतिपाल वॉज देयर, लक्ष्मण वॉज देयर, दैन उसके बाद हरविंदर लै लो, महेंद्र लाल लै लो. सो लॉट ऑफ प्लेयर्स होम आई विल नॉट बी एबल टू पिन पॉइंट वन. आई थिंक धरम सीनियर
I am told, I have seen him little of him, but he was very great player. So a lot of great players have passed through my life, or I have seen them go. Ude baad fir next generation is Ajit Pal and Ajit Pal, Ashok Kumar and so many others, Pargat, so many of them. ਜਦੋਂ ਤੁਸੀਂ ਜਿਵੇਂ ਮੈਂਸ਼ਨ ਕੀਤਾ ਆਪਣੀ ਆਟੋਬਾਇਓਗ੍ਰਾਫੀ ਤੋਂ ਮਾਈ ਗੋਲਡਨ ਡੇਜ਼, ਸਹੀ ਚਾਹ ਜਿਹੜੀ ਉਸ ਸਮੇਂ ਦਾ ਪੀਰੀਅਡ ਸੀਗਾ 62 ਤੋਂ ਲੈ ਕੇ ਜਾਂ 63 ਤੋਂ ਲੈ ਕੇ 67 ਦਾ ਗੋਲਡਨ ਟਾਈਮ ਸੀਗਾ, ਉਸ ਤੋਂ ਬਾਅਦ ਇੰਡੀਆ ਸੈਮੀਫਾਈਨਲ ਦੇ ਵਿੱਚ ਵੀ ਆਈ ਥਿੰਕ ਨਹੀਂ ਕਰ ਪਾਈ ਜੀ, ਟੂ ਬੀ ਆਨੈਸਟ 75 ਵਰਲਡ ਕੱਪ ਜਿੱਤੇ ਹਾਂ ਹਾਂਜੀ, 80 ਦਾ ਅਸੀਂ ਓਲੰਪਿਕ ਜਿੱਤੇ ਹਾਂ ਜੀ, ਯੈਸ, ਬਟ ਇਟ ਵਾਸ ਡੀਵੈਲਿਊਡ ਇਨ ਦਾ ਸੈਂਸ ਕਿ ਬਹੁਤ ਕੋਈ ਟੀਮ ਗਈਆਂ ਨੇ ਜੀ, ਉੱਥੇ ਸੈਮੀਫਾਈਨਲ ਫਾਈਨਲ ਪਹੁੰਚਣਾ ਕੋਈ ਵੱਡੀ ਗੱਲ ਨਹੀਂ, 64 ਦੇ ਸੀਗਾ 75 ਓਲੰਪਿਕ 64 75 ਵਰਲਡ ਕੱਪ, ਯੈਸ ਯੈਸ, ਇਟ ਵਾਸ ਫੁੱਲੀ ਰਿਪਰੈਜ਼ੈਂਟਡ ਜੀ, ਉਹਦੇ ਬਾਅਦ ਅਸੀਂ ਸੈਮੀਫਾਈਨਲ ਵੀ ਨਹੀਂ ਪਹੁੰਚੇ, ਕੀ ਰੀਜ਼ਨ ਹੈ ਇਸ ਚੀਜ਼ ਦਾ? ਆਈ ਥਿੰਕ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਕਿਉਂ ਹੋਇਆ, ਐਸਟ੍ਰੋਟਰਫ ਆਉਣ ਦੇ ਬਾਅਦ ਹੋਇਆ ਇੱਕ ਚੀਜ਼, ਡਰਾਸਟਿਕ ਡਾਊਨਫਾਲ, ਯਾ, ਕਿਉਂਕਿ ਅਸੀਂ ਸੈਮੀਫਾਈਨਲ ਨਹੀਂ ਪਹੁੰਚੇ, ਇਸ ਦਾ ਕਾਰਨ ਇੱਕ ਇਹ ਵੀ ਸੀ ਕਿ ਅਸੀਂ ਐਕਸੈਪਟੈਂਸ ਨਹੀਂ ਕੀਤੀ ਕਿ ਐਸਟ੍ਰੋਟਰਫ ਦੀ ਹਾਕੀ ਵੱਖਰੀ ਹੈ, ਸਾਨੂੰ ਬਹੁਤ ਟਾਈਮ ਲੱਗ ਗਿਆ ਸਾਨੂੰ ਇਹ ਐਕਸੈਪਟ ਕਰਨ 'ਚ, ਅਸੀਂ 20-25 ਸਾਲ ਤਾਂ ਇਸ 'ਚ ਲਗਾ ਲਿਆ ਕਿ ਨਹੀਂ ਅਸੀਂ ਉਹੀ ਹਾਕੀ ਬੱਚਿਆਂ ਨੂੰ ਘਾਹ 'ਤੇ ਖਿਲਾ ਕੇ, ਉਹਦੇ ਬਾਅਦ ਉਹਨੂੰ ਟ੍ਰੇਨਿੰਗ ਲਈ ਅਸੀਂ ਮਹੀਨਾ 2 ਮਹੀਨੇ ਕੈਂਪ ਲਗਾ ਦਿਆਂਗੇ ਐਸਟ੍ਰੋਟਰਫ 'ਤੇ, ਔਰ ਉਸ ਲਈ ਉਹ ਵੱਡੇ ਪਲੇਅਰ ਬਣ ਜਾਣਗੇ ਔਰ ਉਹ ਮੁਕਾਬਲਾ ਕਰ ਸਕਣਗੇ, ਨਹੀਂ ਇਹ ਨਹੀਂ ਹੋ ਸਕਦਾ, ਹੁਣ ਅਸੀਂ ਐਕਸੈਪਟ ਕੀਤਾ ਪਿਛਲੇ 15-20 ਸਾਲ ਤੋਂ, ਓਕੇ 40 ਸਾਲ ਹੋ ਗਏ ਨਾ, 40 ਸਾਲ ਦੇ ਵਿੱਚ ਤੁਸੀਂ ਸਕਦਾ ਪਹਿਲੇ 20 ਸਾਲ ਅਸੀਂ ਐਕਸੈਪਟ ਨਹੀਂ ਕੀਤਾ, ਹੁਣ ਅਸੀਂ ਜਿਹੜੇ ਪਿੱਛੇ ਪਿਛੜ ਗਏ ਉਹਦੇ ਬਾਅਦ ਹੁਣ ਅਸੀਂ ਐਕਸੈਪਟ ਕੀਤਾ ਉਹਨੂੰ, ਐਂਡ ਵੀ ਆਰ ਅਗੇਨ ਮੂਵਿੰਗ ਅਪ, ਵੀ ਹੈਡ ਗੋਨ ਡਾਊਨ ਟੂ ਇਨ 1 ਵਰਲਡ ਕੱਪ, ਵੀ ਹੈਡ ਗੋਨ ਡਾਊਨ ਟੂ 12, ਇਹਦੇ ਵਿੱਚ ਇਹ ਵੀ ਰੀਜ਼ਨ ਹੈਗਾ ਕਿ 10 ਸਾਲ ਪੰਜਾਬੀਆਂ ਨੇ ਹਾਕੀ ਨੂੰ ਬਾਇਕਾਟ ਕੀਤਾ, ਕਿਉਂਕਿ ਉਹ ਮੈਂ ਅਨਫੋਰਚੂਨੇਟਲੀ ਇਹ ਪੰਜਾਬੀਆਂ ਦੀ ਗੇਮ ਮੰਨੀ, ਪੰਜਾਬੀ ਸਭ ਤੋਂ ਜ਼ਿਆਦਾ, ਹਾਂ ਹੁਣ ਆਫਟਰ ਇੰਡੀਪੈਂਡੈਂਸ ਪੰਜਾਬੀ ਕਾਫੀ ਆਏ, ਪਹਿਲੇ ਤਾਂ ਕਾਫੀ ਪਲੇਅਰ ਸਨ ਫਰੋਮ ਯੂਪੀ ਵੀ ਸਨ, ਗੁਆਨੀ ਸਨ, ਐਂਗਲੋ ਇੰਡੀਅਨ ਸਨ ਜੀ, ਪਾਰਟੀਸ਼ਨ ਤੋਂ ਪਹਿਲੇ ਮਤਲਬ ਇੰਡੀਪੈਂਡੈਂਸ ਤੋਂ ਪਹਿਲੇ ਕਾਫੀ ਦੂਜੀ ਕਮਿਊਨਿਟੀ ਸਨ ਜੀ, ਔਰ ਉਹਦੇ ਬਾਅਦ ਜਿਹੜੇ ਇੰਡੀਪੈਂਡੈਂਸ ਦੇ ਬਾਅਦ ਜੀ ਜ਼ਿਆਦਾਤਰ ਪੰਜਾਬ ਵਿੱਚ ਆ ਗਏ, ਕਿਉਂਕਿ ਕਾਫੀ ਪਲੇਅਰ ਜਿਹੜੇ ਸਨ ਭੋਪਾਲ ਔਰ ਯੂਪੀ ਦੇ ਜੀ ਉਹ ਚਲੇ ਗਏ ਪਾਕਿਸਤਾਨ, ਮਾਈਗ੍ਰੇਟ ਕਰ ਗਏ, ਐਂਗਲੋ ਇੰਡੀਅਨਸ ਮਾਈਗ੍ਰੇਟ ਕਰ ਗਏ ਸਾਰੇ ਆਸਟ੍ਰੇਲੀਆ, ਓਕੇ, ਐਂਡ ਲੋਟ ਆਫ ਪੰਜਾਬੀਸ ਕੇਮ ਇਨ, ਅਤੇ ਪੰਜਾਬ ਦੀ ਉਹ ਅੱਛੀ ਟੀਮ ਬਣਨੀ ਸ਼ੁਰੂ ਹੋ ਗਈ, ਪੰਜਾਬੀ ਕਾਫੀ ਖੇਡਣੇ ਸ਼ੁਰੂ ਹੋ ਗਏ, ਲੇਕਿਨ ਅਨਫਾਰਚੂਨੇਟਲੀ ਜਿਹੜਾ ਉਹ ਟੈਰੋਰਿਜ਼ਮ ਦਾ ਟਾਈਮ ਸੀ 84 ਦਾ ਟਾਈਮ ਜਿਹੜਾ ਸੀ ਉਹ ਮੇ ਬੀ ਬਿਕੋਜ਼ ਕਿ ਕੋਈ ਬੱਚਾ ਖੇਡਣ ਨੂੰ ਬਾਹਰ ਨਹੀਂ ਸੀ ਨਿਕਲ ਸਕਦਾ, ਅਤੇ ਮੈਂ ਦੇਖਿਆ ਇੱਕ ਵਾਰੀ ਉਸਦੇ ਬਾਅਦ ਦੀ ਗੱਲ ਹੈ 90s ਦੇ ਵਿਚਕਾਰ, ਕਿ ਇੱਕ ਟਾਈਮ ਐਸਾ ਆਇਆ ਕਿ ਉਹਦੇ ਵਿੱਚ ਇੰਡੀਆ ਦੀ ਟੀਮ ਮੈਂ ਦੇਖੀ ਕਿਤੇ ਜਾ ਰਹੀ ਸੀ ਅਤੇ ਉਹਦੇ 'ਚ ਹਾਰਡਲੀ ਇੰਨੀ ਪੰਜਾਬੀ ਹੈ ਹੀ ਨਹੀਂ ਸੀ, ਓਕੇ, ਉਹ ਜਿਸ ਵੇਲੇ ਕਿ ਸਾਡੇ ਟਾਈਮ ਦੇ ਉੱਪਰ 13-13 ਪਲੇਅਰ ਜਿਸ ਤਰ੍ਹਾਂ 64 ਦੀ ਟੀਮ 13 ਪੰਜਾਬੀ ਸਨ, ਅਤੇ 11 ਵਿੱਚ 9 ਖੇਲੇ ਸੀਗੇ, ਉਹ ਤਾਂ 64-66 ਏਸ਼ੀਅਨ ਗੇਮ ਦੇ ਵਿਚਕਾਰ ਜੀ 9 ਸਰਦਾਰ ਖੇਲੇ, ਫਾਈਨਲ ਦੇ ਵਿਚਕਾਰ 9 ਸਰਦਾਰ ਖੇਲੇ ਜੀ, 9 ਜੋੜੇ ਸਨ ਜੀ, ਔਰ ਉਸ ਪਾਸੇ ਸਾਰੇ 11-11 ਪੰਜਾਬੀ, ਮਤਲਬ 20-22 ਪੰਜਾਬੀ ਖੇਡ ਰਹੇ ਸਨ, ਓਕੇ ਓਕੇ, ਸੋ ਵੰਸ ਅ ਪਾਵਰ ਹਾਊਸ ਆਫ ਹਾਕੀ ਇੰਡੀਆ ਹਾਕੀ ਇਜ਼ ਨੋਟ ਏਬਲ ਟੂ ਕੰਪੀਟ ਵਿਦ ਦ ਲਾਈਕਸ ਆਫ ਆਸਟ੍ਰੇਲੀਆ ਐਂਡ ਜਰਮਨੀ, ਵਟ ਕੁਡ ਬੀ ਦ ਰੀਜ਼ਨ ਫੋਰ ਦੈਟ? ਰੀਜ਼ਨ ਕਈ ਹੈ ਨਾ, ਇੱਕ ਤਾਂ ਦੇਖੋ ਐਸਟ੍ਰੋਟਰਫ ਆ ਗਏ, ਅਸੀਂ ਪਿਛੜ ਗਏ ਬਿਕੋਜ਼ ਐਸਟ੍ਰੋਟਰਫ ਦੇ ਆਉਣ ਦੇ ਨਾਲ ਹਾਕੀ ਦਾ ਜਿਹੜਾ ਸੀ ਇਟ ਵਾਸ ਮੋਰ ਅਕਿਨ ਟੂ ਫੁੱਟਬਾਲ, ਗੇਮ ਪੋਜੈਸ਼ਨ ਟੈਕਟਿਕਸ ਚੇਂਜ ਹੋ ਗਏ, ਹੁਣ ਸਾਡੇ ਟਾਈਮ 'ਤੇ ਸਾਡੀ ਇੱਥੇ ਅਡੈਪਟੇਬਿਲਿਟੀ ਕਰਨ ਤੋਂ ਕਿਉਂ ਪਿੱਛੇ ਰਹੇ? ਨਹੀਂ, ਇਸ ਕਰਕੇ ਕਿ ਧਿਆਨ ਚੰਦ ਐਰਾ ਜਾਂ ਸਾਡੇ ਟਾਈਮ ਤੱਕ ਕਾਹ ਦੀ ਹਾਕੀ ਦੇ ਵਿਚਕਾਰ ਇੰਡੀਵਿਜੁਅਲ ਸਕਿੱਲ ਵਾਸ 70%, ਓਕੇ, ਟੀਮ ਟੈਕਟਿਕਸ ਵਾਸ 30% ਜੀ, ਹੁਣ ਟੀਮ ਟੈਕਟਿਕਸ ਇਜ਼ 70% ਜੀ, ਇੰਡੀਵਿਜੁਅਲ ਸਕਿੱਲ ਨੀਡ ਇਜ਼ ਓਨਲੀ 30%, ਗੋਰਿਆਂ ਨੂੰ ਹੁਣ ਡ੍ਰਿਬਲਿੰਗ ਦੀ ਇਤਨੀ ਜ਼ਿਆਦਾ ਲੋੜ ਨਹੀਂ ਪੈਂਦੀ, ਕਿਉਂਕਿ ਇਟਸ ਫਾਸਟ ਹਾਕੀ, 2 ਗਰਾਊਂਡ, ਐਂਡ ਤੁਹਾਨੂੰ ਸਟਰੈਂਥ ਚਾਹੀਦੀ ਹੈ, ਸਪੀਡ ਚਾਹੀਦੀ ਹੈ, ਸਟੈਮਿਨਾ ਚਾਹੀਦਾ, ਵਿਚ ਇਨਹੈਰੈਂਟਲੀ ਦੇ ਹੈਵ ਮੋਰ ਦੈਨ ਅਸ, ਓਕੇ, ਦੇਖੀ ਆਸਟ੍ਰੇਲੀਆ ਜਾਂ ਹਾਲੈਂਡ ਦਾ ਪਲੇਅਰ ਹੈ, ਜਰਮਨੀ ਦਾ ਪਲੇਅਰ, ਇਨਹੈਰੈਂਟਲੀ ਦੇ ਆਰ ਬੋਰਨ ਸਟਰੋਂਗਰ ਦੈਨ ਅਸ, ਅਤੇ ਸਾਨੂੰ ਜਿਹੜਾ ਸੀ ਉਹਨੂੰ ਸਕਿੱਲ ਨਾਲ ਇੰਡੀਆ ਪਾਕਿਸਤਾਨ ਹਰਾਉਂਦੇ ਸਨ, ਓਕੇ, ਹੁਣ ਸਕਿੱਲ ਦਾ ਉਤਨਾ ਵੈਲਿਊ ਨਹੀਂ ਰਹਿ ਗਈ, ਓਕੇ, ਅੱਛਾ, ਔਰ ਹੁਣ ਕੀ ਟੈਕਟਿਕਸ ਸਾਨੂੰ ਉਹਨਾਂ ਦੀ ਅਡਾਪਟ ਕਰਨੀ ਪਈ, ਔਰ ਇੱਕ ਹੋਰ ਰੀਜ਼ਨ ਹੈ, ਪਹਿਲੇ ਜਿਸਲੇ ਗਰਕਾ ਦੀ ਹਾਕੀ ਸੀ ਅਤੇ ਯੂਰਪ ਦੇ ਵਿਚਕਾਰ ਪਰਟੀਕੁਲਰਲੀ ਆਸਟ੍ਰੇਲੀਆ 'ਚ ਖੈਰ ਖੇਡ ਸਕਦੇ ਸਨ, ਯੂਰਪ ਦੀ ਹਾਕੀ ਜਿਹੜੀ ਸੀ ਉਹ ਸਮਰ ਹਾਕੀ ਸੀ ਸਿਰਫ, ਓਕੇ, 1.5-2 ਮਹੀਨੇ ਐਂਡ ਵੀਕਐਂਡ ਹਾਕੀ, 2 ਮਹੀਨੇ ਖੇਡ ਸਕਦੇ ਸਨ ਜੀ, ਬਿਕੋਜ਼ ਉਹਦੇ ਬਾਅਦ ਬਰਫਾਂ ਪੈ ਗਈਆਂ, ਮੀਂਹ ਪੈਂਦੇ ਰਹੇ, ਅਤੇ ਇਨਡੋਰ ਹਾਕੀ ਖੇਡ ਲੈਂਦੇ ਸਨ,
ਲੇਕਿਨ ਸਾਡੇ ਇੱਥੇ ਸਾਰਾ ਸਾਲ ਹਾਕੀ ਹੁੰਦੀ ਸੀ। ਮੀਂਹ ਦੇ ਮਹੀਨੇ ਤੁਸੀਂ ਛੱਡ ਦਿਓ, ਬਰਸਾਤ ਦੇ ਮਹੀਨੇ ਦੋ ਤਿੰਨ ਮਹੀਨੇ ਛੱਡ ਦਿਓ, 9-10 ਮਹੀਨੇ ਹਾਕੀ ਹੁੰਦੀ ਸੀ ਇੰਡੀਆ 'ਚ, ਸੋ ਵੀ ਹੈਡ ਐਨ ਐਡਵਾਂਟੇਜ। ਅੱਜ ਉਲਟਾ ਹੋ ਗਿਆ, ਐਸਟ੍ਰੋਟਰਫ ਸਾਡੇ ਕੋਲ ਹੈ ਨਹੀਂ ਸੀ 20 ਸਾਲ, ਬਹੁਤ ਘੱਟ ਸਨ ਬੱਚੇ ਜਿਹੜੇ ਤਿਆਰ ਹੋ ਰਹੇ ਸਨ, ਉਹ ਘਾਹ ਦੇ ਉੱਪਰ ਤਿਆਰ ਹੋ ਰਹੇ ਸਨ, ਔਰ ਉਹਨਾਂ ਨੇ ਐਸਟ੍ਰੋਟਰਫ ਲਗਾ ਦੀਆਂ ਦਬਾ ਸੱਟ। ਹੁਣ ਇੱਕ ਇੱਕ ਸ਼ਹਿਰ ਦੇ ਵਿਚਕਾਰ ਤੁਸੀਂ ਐਮਸਟਰਡਮ ਲਓ, ਉੱਥੇ ਘੱਟ ਤੋਂ ਘੱਟ ਨਹੀਂ ਤਾਂ ਮੇਰੇ ਖਿਆਲ ਘੱਟ ਤੋਂ ਘੱਟ ਨੇ ਅਤੇ 100 ਐਸਟ੍ਰੋਟਰਫ ਹੋਣੀ ਹੈ ਹਰ ਕਲੱਬ ਕੋਲ, ਜਿੰਨੇ ਕਲੱਬ ਹੈ ਸਾਰੇ ਕੋਲ ਐਸਟ੍ਰੋਟਰਫ ਹੈਗੀ ਹੈ। ਉਹ ਸਾਡੇ ਅਜੇ ਵੀ ਵੱਡੇ ਤੋਂ ਵੱਡੇ ਸ਼ਹਿਰ ਜੀ 3-4 ਹੋਣੀਆਂ, ਲੇਕਿਨ ਵੀ ਹੈਵ ਐਕਸੈਪਟਿਡ ਨਾਓ। ਔਰ ਹੁਣ ਜਿਹੜੀ ਵੀਡੀਓਗ੍ਰਾਫੀ ਕਰਕੇ ਕੰਪਿਊਟਰ ਦੇ ਉੱਪਰ ਦੇਖ ਕੇ ਉਹਦੇ ਕਿਸ ਤਰ੍ਹਾਂ ਕੀ ਆ, ਆਪੋਨੈਂਟ ਕੀ ਕਰ ਰਿਹਾ, ਅਸੀਂ ਕੀ ਕਰ ਰਹੇ ਹਾਂ, ਹੁਣ ਜਿਹੜੀ ਰੂਲ ਚੇਂਜ ਹੋ ਗਏ। ਸਭ ਤੋਂ ਵੱਡਾ ਇੱਕ ਹੋਰ ਵੀ ਫਰਕ ਪਿਆ, ਰੂਲ ਚੇਂਜ ਹੁਣ ਆਫ ਸੈਕਸ਼ਨ ਰੂਲ ਨਹੀਂ ਹੈ, ਆਫ ਸਾਈਡ ਰੂਲ ਨਹੀਂ ਹੈ, ਵਿਚ ਇਜ਼ ਹੈਲਪਫੁਲ ਟੂ ਦਾ ਯੂਰੋਪੀਅਨਸ, ਓਕੇ, ਬਿਕੋਜ਼ ਦੇ ਆਰ ਸਟਿਫ ਐਂਡ ਦੇ ਆਰ ਸਟਰੋਂਗ। ਆਫ ਸੈਕਸ਼ਨ ਰੂਲ ਹੈ ਨਹੀਂ, ਪਹਿਲੇ ਆਫ ਸੈਕਸ਼ਨ ਰੂਲ ਦੇ ਨਾਲ ਸਾਨੂੰ ਆਫ ਸੈਕਸ਼ਨ ਰੂਲ ਦਾ ਸਾਨੂੰ ਬੜਾ ਐਡਵਾਂਟੇਜ ਸੀ, ਸੋ ਦੇ ਹੈਵ ਚੇਂਜ ਦਾ ਰੂਲਸ ਆਲਸੋ, ਵੀ ਹੈਵ ਟੂ ਅਡਾਪਟ ਟੂ ਦੈਟ। ਅਤੇ ਹੁਣ ਸਲੋਲੀ ਸਲੋਲੀ ਵੀ ਹੈਡ ਗੋਨ ਡਾਊਨ ਟੂ 12, ਦੈਨ 10-9, ਨਾਓ ਵੀ ਆਰ ਐਟ 6, ਐਂਡ ਹੋਪਫੁਲੀ ਮੈਂ ਸਮਝਦਾ ਕਿ ਅਗਰ ਅਸੀਂ 4 'ਚ ਆ ਜਾਈਏ ਤਾਂ ਕਲਰ ਆਫ ਦੀ ਮੈਡਲ ਕੈਨ ਬੀ ਡਿਸਾਈਡਿਡ ਦੇਅਰ। ਸਟੈਮਿਨਾ ਦੇ ਵਿੱਚ ਤੁਸੀਂ ਕਿਹਾ ਇਨਹੈਰੈਂਟਲੀ ਅਸੀਂ ਉਹਨਾਂ ਤੋਂ ਪਿੱਛੇ ਹਾਂ, ਜਿਹੜਾ ਉਹਨਾਂ ਦੀ ਉਹ ਹੈ ਸਟੈਮਿਨਾ, ਅਸੀਂ ਪੁੱਟ ਅਪ ਕਰ ਸਕਦੇ ਹਾਂ, ਲੇਕਿਨ ਸਟਰੈਂਥ ਨਹੀਂ ਪੁੱਟ ਅਪ ਕਰ ਸਕਦੇ। ਸਟਰੈਂਥ ਕੀ ਹੈ? ਬੇਸਿਕ ਜਿਹੜੀ ਸਟਰੈਂਥ ਹੈ, ਮੈਂ ਬੇਸਿਕ ਹੈਲਥ ਦੀ ਗੱਲ ਕਰ ਰਿਹਾ, ਓਕੇ, ਅਦਰਵਾਈਜ਼ ਯੈਸ ਵੀ ਆਰ ਗੈਟਿੰਗ ਆਲ ਦਾ ਇਕਿਊਪਮੈਂਟ। ਡਾਇਟ ਦੀ ਵੀ ਡਾਇਟ ਵੀ ਹੁਣ ਹੋ ਰਿਹਾ ਨਾ, ਓਕੇ, ਹੁਣ ਹੋ ਰਿਹਾ, ਦੈਟ ਇਜ਼ ਵਾਈ ਵੀ ਆਰ ਨਾਟ ਡੂਇੰਗ ਇੰਪਰੂਵਿੰਗ, ਵੀ ਆਰ ਕੋਪਿੰਗ ਅਪ ਵਿਦ ਦੈਟ। ਸੋ ਜਦੋਂ ਤੁਸੀਂ ਸੀਗੇ ਤਾਂ ਤੁਹਾਡੀ ਉਹਨਾਂ ਦੀ ਡਾਇਟ ਦੇ ਵਿੱਚ ਕੀ ਵਧੀਆ ਹੁੰਦੀ ਸੀਗੀ? ਹਾਂਜੀ ਹਾਂ, ਡਾਇਟਿੰਗ ਹੁਣ ਡਾਇਟ ਵਗੈਰਾ ਠੀਕ ਹੈ ਹੁਣ ਸਾਰਿਆਂ ਦੀ ਡਾਇਟ, ਲੇਕਿਨ ਦੇਖੋ ਤੁਸੀਂ ਇਹ ਸੋਚੋ ਨਾ, ਵੇਅਰ ਫਰੋਮ ਦਾ ਬੇਸਿਕ ਹੈਲਥ ਆਫ ਏ ਚਾਈਲਡ ਕਮਸ, ਫਰੋਮ ਦਾ ਵੂਮ ਆਫ ਏ ਮਦਰ, ਮਾਂ ਦੇ ਪੇਟ 'ਚੋਂ ਹੈਲਥ ਆਏਗੀ ਨਾ। ਮਾਂ ਪਿਓ ਕਿੰਨੇ ਸਟਰੋਂਗ ਹੈ, ਇਹ ਜਦ ਤੱਕ ਨਹੀਂ ਹੋਏਗਾ ਉਹ ਯੂਰੋਪੀਅਨ ਨਾਲ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ। ਹੁਣ ਤੁਸੀਂ ਉਹਦੇ ਬਾਅਦ ਉਸਨੂੰ ਕੁਛ ਤਾਂ ਖਿਲਾਉਣੇ ਸ਼ੁਰੂ ਕਰੋਗੇ, ਤੁਸੀਂ ਕਹੋਗੇ ਜੀ ਇਹਨੂੰ ਜਿਹੜੇ ਪਲੇਅਰ ਬਣਾਉਣਾ ਹੈ ਅਤੇ ਇਹਨੂੰ ਤੁਸੀਂ ਹੁਣ ਬਦਾਮ ਖਿਲਾਓ, ਇਹਨੂੰ ਤੁਸੀਂ ਇਹ ਖਿਲਾਓ, ਤਾਂ ਉਸ ਨਾਲ ਤਾਂ ਬੇਸਿਕ ਹੈਲਥ ਤੁਸੀਂ ਤਾਂ ਨਹੀਂ ਕਹਿ ਸਕਦੇ ਕਿ ਇੰਡੀਅਨ ਜਾਂ ਪਾਕਿਸਤਾਨੀ ਦੀ ਕਿਸੇ ਤਰ੍ਹਾਂ ਵੀ, ਯੂਰੋਪੀਅਨ ਜਾਂ ਆਸਟ੍ਰੇਲੀਅਨ ਕੋਲ ਤੁਸੀਂ ਯੂ ਸੀ ਦਾ ਆਸਟ੍ਰੇਲੀਅਨ ਪਲੇਅਰ 6.5 ਫੁੱਟ 6 ਫੁੱਟ 6.5 ਫੁੱਟ ਸਾਰੇ ਹੀ ਹੈ। ਉਹ ਜਿਹੜੇ ਗਰਾਊਂਡ ਦਾ ਜਿਹੜਾ ਕਵਰ ਕਰਨਾ ਉਹਨਾਂ ਨੇ, ਅਗਰ ਉਹਨਾਂ ਨੇ 50 ਕਦਮਾਂ 'ਚ ਪੂਰਾ ਕਰਨਾ, ਸਾਡੇ ਇੰਡੀਅਨ ਨੇ 60 ਕਦਮ ਲੈਣੇ ਆ। ਸੋ ਦਿਸ ਇਜ਼ ਦੇਅਰ, ਬਟ ਰੂਲਸ ਹੈਵ ਚੇਂਜ, ਉਹਦੇ ਨਾਲ ਨਾਲ ਹੁਣ ਜਿਹੜਾ ਅਸੀਂ ਚੇਂਜ ਕਰਕੇ ਵੀ ਆਰ ਆਲਸੋ ਹੁਣ ਜਿਸ ਤਰ੍ਹਾਂ ਰਨਿੰਗ ਸਬਸਟੀਟਿਊਸ਼ਨ ਹੈ, ਕੰਸਟਰਕਟਰ ਦਾ ਸਬਸਟੀਟਿਊਸ਼ਨ ਹੈ, ਉਹਦਾ ਐਡਵਾਂਟੇਜ ਮਿਲ ਰਿਹਾ, ਲੈਟਸ ਸੀ ਜੀ। ਮੀਡੀਆ ਪਲੇਜ਼ ਅ ਮੇਜਰ ਪਾਰਟ ਇਨ ਐਜੂਕੇਟਿੰਗ ਦਾ ਪੀਪਲ ਅਬਾਊਟ ਡਿਫਰੈਂਟ ਥਿੰਗਸ, ਸੋ ਡੂ ਯੂ ਥਿੰਕ ਦਾ ਮੀਡੀਆ ਹੈਜ਼ ਫੇਲਡ ਟੂ ਗਿਵ ਐਪਰੋਪ੍ਰੀਏਟ ਕਵਰੇਜ ਟੂ ਹਾਕੀ, ਅਤੇ ਜਿਹਦੇ ਕਰਕੇ ਜਿਹੜਾ ਨੈਸ਼ਨਲ ਗੇਮ ਦੇ ਜਿਹੜਾ ਇੱਕ ਮੀਡੀਆ ਹਾਕੀ ਨੂੰ ਉਹ ਸਟੇਟਸ ਮਿਲਣਾ ਚਾਹੀਦਾ ਆ, ਸਪੋਂਸਰ ਆਉਣੇ ਚਾਹੀਦੇ, ਕਿਉਂਕਿ ਤੁਸੀਂ ਗੱਲ ਕੀਤੀ ਫੰਡ ਦੀ, ਫੰਡ ਵੀ ਬਹੁਤ ਬੜਾ ਮੈਟਰ ਕਰਦਾ ਜਦੋਂ ਲੋਕ ਉਹਨਾਂ ਨੂੰ ਡਿਊ ਅਵਾਰਡ ਅਤੇ ਰਿਵਾਰਡ ਨਹੀਂ ਮਿਲੇਗਾ ਪਲੇਅਰਸ ਨੂੰ, ਅਤੇ ਉਹ ਨਹੀਂ ਕਰ ਸਕਣਗੇ। ਦੇਖੋ ਜੀ, ਇਟ ਇਜ਼ ਗੈਟਿੰਗ ਬੈਟਰ ਬਟ ਨਾਟ ਇਨਫ। ਇਹ ਜ਼ਰੂਰੀ ਹੈ ਕਿ ਹਾਕੀ ਨੂੰ ਵੀ ਇਤਨਾ ਉਤਸ਼ਾਹ ਮਿਲਿਆ ਜਾਏ, ਬਿਕਾਜ਼ ਇਸੀ ਗੇਮ ਨੇ ਸਾਨੂੰ ਐਕਸੈਪਟ ਬਿੰਦਰਾ ਨੂੰ ਛੱਡ ਦਿਓ, ਇੱਕ ਗੋਲਡ ਮੈਡਲ ਬਿੰਦਰਾ ਸਾਹਿਬ ਨੇ ਇੰਡੀਵਿਜੁਅਲ ਲਿਆ, ਆਈ ਗਿਵ ਕ੍ਰੈਡਿਟ ਟੂ ਹਿਮ, ਅਦਰਵਾਈਜ਼ ਸਾਰੇ ਗੋਲਡ ਮੈਡਲ ਜਿਹੜੇ ਹਾਕੀ ਦੇ ਆਏ ਆ। ਲੈਟਸ ਹੋਪ ਅਦਰਸ ਆਲਸੋ ਕਮ ਨਾਓ, ਵੀ ਆਰ ਗੈਟਿੰਗ ਇਨ ਟੂ ਬੈਡਮਿੰਟਨ ਐਂਡ ਅਦਰ ਥਿੰਗਸ ਆਲਸੋ, ਆਈ ਹੋਪ ਦੇ ਗੈਟ ਇਟ। ਲੇਕਿਨ ਇਸ ਨੂੰ ਤੁਸੀਂ ਜਦ ਤੱਕ ਡਾਊਨ ਪਲੇਅ ਕੀਤਾ ਹੈ ਉਹਦਾ ਨੁਕਸਾਨ ਹੋਇਆ ਹੈ। ਯੈਸ, ਕਸੂਰ ਹਾਕੀ ਦਾ ਵੀ ਹੈ, ਅਸੀਂ ਜਦ ਜਿੱਤਣਾ ਬੰਦ ਕਰਤਾ ਤਾਂ ਲੋਕਾਂ ਦਾ ਫੋਕਸ ਹਟ ਗਿਆ, ਕ੍ਰਿਕਟ 'ਤੇ ਚਲਾ ਗਿਆ। ਔਰ ਕ੍ਰਿਕਟ ਦਾ ਦੇਖੋ, ਆਈ ਐਮ ਨਾਟ, ਪਲੀਜ਼ ਡੋਂਟ ਮਿਸਅੰਡਰਸਟੈਂਡ ਮੀ, ਮੈਂ ਕ੍ਰਿਕਟ ਨੂੰ ਥੱਲੇ ਨਹੀਂ ਲਿਆ ਰਿਹਾ। ਲੈਟਸ ਅੰਡਰਸਟੈਂਡ, ਕ੍ਰਿਕਟ ਸਿਰਫ 8 ਕਾਮਨਵੈਲਥ ਕੰਟਰੀਜ਼ ਖੇਡਦੇ ਨੇ, 10 ਲੈ ਲਓ। ਹਾਕੀ ਸਾਰੀ ਦੁਨੀਆ ਖੇਡਦੀ ਹੈ, 120 ਕੰਟਰੀ ਮੈਂਬਰ ਹੈ, ਔਰ ਕੁਆਲੀਫਿਕੇਸ਼ਨ ਦੇ ਵਾਸਤੇ ਲੜਾਈ ਹੁੰਦੀ ਹੈ, ਕੰਪੀਟੀਸ਼ਨ ਹੁੰਦਾ, ਤੁਸੀਂ ਸਾਰੇ ਕੁਆਲੀਫਾਈ ਵੀ ਨਹੀਂ ਕਰ ਸਕਦੇ, ਇਟਸ ਏ ਟਫ ਕੰਪੀਟੀਸ਼ਨ, ਦ ਹੋਲ ਆਫ ਯੂਰਪ ਪਲੇਜ਼, ਅਮੈਰੀਕਾ ਪਲੇਜ਼, ਰਸ਼ੀਆ ਪਲੇਜ਼, ਜਾਪਾਨ, ਕੋਰੀਆ, ਚਾਈਨਾ, ਐਵਰੀਬਡੀ ਪਲੇਜ਼ ਵੂਮੈਨ ਐਂਡ ਮੈਨਸ ਹਾਕੀ। ਸੋ ਲੈਟਸ ਅੰਡਰਸਟੈਂਡ ਕਿ ਸਾਰੀ ਦੁਨੀਆ ਖੇਡਦੀ ਹੈ ਹਾਕੀ, ਫੁੱਟਬਾਲ ਨੰਬਰ 1 ਹੈ, ਫੁੱਟਬਾਲ ਨੂੰ ਅਸੀਂ ਹਾਕੀ ਵੀ ਨਹੀਂ ਕੰਪੀਟ ਕਰ ਸਕਦੇ, ਉਹ ਨੰਬਰ 1 ਹੈ, ਲੇਕਿਨ ਉਸਦੇ ਬਾਅਦ ਹਾਕੀ ਆਉਂਦਾ, ਟੀਮ ਗੇਮ ਦੇ ਵਿੱਚ ਹਾਕੀ ਆਉਂਦਾ, ਅਤੇ ਉਹਦੇ ਬਾਅਦ ਕ੍ਰਿਕਟ ਤਾਂ ਕਿਧਰੇ ਵੀ ਨਹੀਂ ਆਉਂਦਾ। ਲੇਕਿਨ ਪੈਸਾ ਆ ਗਿਆ ਵਨ ਡੇ ਕ੍ਰਿਕਟ ਬਾਅਦ, 1983 ਜਿੱਤਣ ਦੇ ਬਾਅਦ ਪੈਸਾ ਆ ਗਿਆ ਵਨ ਡੇ ਕ੍ਰਿਕਟ ਦੇ ਨਾਲ, ਐਂਡ ਮੇਨ, ਆਈ ਐਮ ਨਾਟ, ਆਈ ਵਿਲ ਨਾਟ ਕਾਲ ਦਮ ਕਰਪਟ, ਬਟ ਮੇਨਲੀ ਇਟ ਇਜ਼ ਹੈਪਨ ਬਿਕੋਜ਼
the big houses, jede power houses hege hai, ohde ch paisa bana rahe aur ohde ch paisa, luckily good thing, it is also coming to the players, also to the BCCI. But ਐਦਾਂ ਤਾਂ ਜਿਵੇਂ ਇਹਨਾਂ ਬੀ ਸੀ ਸੀ ਆਈ ਕੋਲ ਜਿਵੇਂ ਫੰਡਿੰਗ ਹੈ ਉਹ ਵੀ ਹਾਕੀ ਫੈਡਰੇਸ਼ਨਾਂ ਕੋਲ ਉਵੇਂ ਤਾਂ ਨਹੀਂ ਹੈਗਾ ਉਹ ਛੋਟਾ ਮੋਟਾ ਕਰਦੇ ਨਹੀਂ ਕਰ ਸਕਦੇ ਨਾ ਬਿਕੋਜ਼ ਦੇਖੋ ਗੱਲ ਕੀ ਹੈ ਕਿ ਲੈਟਸ ਅੰਡਰਸਟੈਂਡ ਕਿ ਜਿਹੜਾ ਟੈਲੀਵਿਜ਼ਨ ਦਾ ਸਪਾਂਸਰ ਤਾਂ ਆਣਗੇ ਜਦੋਂ ਮੀਡੀਆ ਕਵਰੇਜ ਹੋਏਗਾ ਨਹੀਂ ਮੀਡੀਆ ਕਵਰੇਜ ਕਿਸ ਤਰ੍ਹਾਂ ਸਪਾਂਸਰ ਆਏਗਾ ਮੀਡੀਆ ਕਵਰੇਜ ਹਾਕੀ ਫੁੱਟਬਾਲ 'ਚ ਉਸ ਤਰ੍ਹਾਂ ਦਾ ਨਹੀਂ ਉਸ ਤਰ੍ਹਾਂ ਜੋ ਕ੍ਰਿਕਟ 'ਚ ਹੋ ਸਕਦਾ ਕ੍ਰਿਕਟ 'ਚ ਤੁਸੀਂ ਹੁਣ ਵਨ ਡੇ ਲੈ ਲਓ ਜਾਂ 2020 ਲੈ ਲਓ ਜੀ ਉਹਦੇ ਵਿਚਕਾਰ ਹੁਣ ਵਨ ਡੇ ਲਓ ਪਹਿਲੇ ਵਨ ਡੇ ਤੋਂ ਸ਼ੁਰੂ ਹੋਇਆ ਜੀ ਉਹਦੇ 'ਚ 50-50 ਓਵਰ ਦੋਨਾਂ ਨੇ ਖੇਡਣੇ ਆ 100 ਟਾਈਮ ਮੈਚ ਬੰਦ ਹੋਣਾ ਉਹਦੇ 'ਚ ਐਡਵਰਟਾਈਜ਼ਮੈਂਟ ਆਏਗੀ 20 ਬੰਦੇ ਆਊਟ ਹੋਏ 20 ਨਹੀਂ 18 ਹੋਏ 17 ਹੋਏ 17 ਟਾਈਮ ਨੂੰ ਵੀ ਹੋਇਆ ਛੱਕਾ ਲੱਗਿਆ ਤਦ ਵੀ ਟੀ ਵੀ ਬੰਦ ਹੋ ਗਈ ਤਦ ਵੀ ਐਡਵਰਟਾਈਜ਼ਮੈਂਟ ਆ ਗਿਆ ਸੋ ਦਾ ਐਡਵਰਟਾਈਜ਼ਰ ਇਜ਼ ਗੈਟਿੰਗ ਮੋਰ ਟਾਈਮ ਹੀ ਇਜ਼ ਵਿਲਿੰਗ ਟੂ ਪੇ ਮੋਰ ਮਨੀ ਔਰ ਉਹਦੇ ਵਿਚਕਾਰ ਆਡੀਅੰਸ ਵੀ ਜ਼ਿਆਦਾ ਆ ਗਈ ਤੁਸੀਂ ਛੱਡ ਕੇ ਤੁਸੀਂ ਅੱਜ ਕੋਈ ਖੇਡ ਰਿਹਾ ਇੱਕ ਆਊਟ ਹੋ ਗਿਆ ਤੁਸੀਂ ਚਲੇ ਗਏ ਕੰਮ ਕਰਨ ਚਲੇ ਗਏ ਬਾਅਦ 10 ਮਿੰਟ ਬਾਅਦ ਆ ਕੇ ਫਿਰ ਸ਼ੁਰੂ ਹੋ ਗਏ ਹਾਕੀ ਫੁੱਟਬਾਲ ਯੂ ਕੈਨਟ ਲੀਵ ਤੁਸੀਂ ਇੱਕ ਘੰਟਾ ਬੈਠ ਕੇ ਦੇਖਣਾ ਕਿੰਨੇ ਕੁ ਬੰਦੇ ਦੇਖ ਸਕਦੇ ਆ ਡੇਢ ਘੰਟਾ ਉੱਥੇ ਔਰ ਤੁਸੀਂ ਉਹ ਗੇਮ ਬੰਦ ਨਹੀਂ ਕਰ ਸਕਦੇ ਉਹ ਤੁਸੀਂ ਜਿਹੜਾ ਤੁਸੀਂ ਜਿਹੜਾ ਇੰਡੀਆ ਹੈ ਫੋਲੋਅਰ ਚਾਹੀਦਾ ਕੱਟਰ ਫੈਨ ਚਾਹੀਦਾ ਦੇਖਣ ਵਾਲਾ ਕੱਟਰ ਫੈਨ ਚਾਹੀਦਾ ਔਰ ਆਲਸੋ ਐਡਵਰਟਾਈਜ਼ਮੈਂਟ ਲਈ ਤੁਸੀਂ ਖਾਲੀ ਜਿਹੜੀ ਸਟੇਡੀਅਮ ਦੇ ਵਿਚਕਾਰ ਤੁਸੀਂ ਐਡਵਰਟਾਈਜ਼ਮੈਂਟ ਕਰ ਸਕਦੇ ਹੋ ਓਕੇ ਸੋ ਦਿਸ ਦੇਰ ਇਜ਼ ਕੰਸਟੈਂਟਸ ਹੈਗੇ ਆ ਜੀ ਬਟ ਐਟ ਦ ਸੇਮ ਟਾਈਮ ਆਈ ਥਿੰਕ ਅਗਰ ਕੁਝ ਪੋਰਸ਼ਨ ਅਗਰ ਇਸ ਪਾਸੇ ਹਾਕੀ ਫੁੱਟਬਾਲ ਵੱਲ ਵੀ ਆ ਜਾਏ ਫੁੱਟਬਾਲ 'ਚ ਆ ਗਿਆ ਹੁਣ ਕਾਫੀ ਆ ਗਿਆ ਅਗਰ ਹਾਕੀ 'ਚ ਵੀ ਆ ਜਾਏਗਾ ਤਾਂ ਮੈਂ ਸਮਝਦਾ ਕਿ ਦਿਲ ਵੀ ਮੱਚ ਇੰਪਰੂਵਮੈਂਟ ਆਰ ਯੂ ਸੈਟਿਸਫਾਈ ਵਿਦ ਦ ਕਾਈਂਡ ਆਫ ਅ ਕਵਰੇਜ ਹਾਕੀ ਇਜ਼ ਗੈਟਿੰਗ ਨਾਟ ਇਨਫ ਪ੍ਰੈਸ ਤਾਂ ਬਿਲਕੁਲ ਹੀ ਚਲੀ ਗਈ ਆ ਹਾਕੀ ਜਿਹੜਾ ਪ੍ਰੈਸ ਹੈ ਰਿਟਰਨ ਮੀਡੀਆ ਐਬਸੋਲੂਟਲੀ ਚਲਾ ਗਿਆ ਈਵਨ ਨਾਟ ਇਨਫ ਈਵਨ ਇਨ ਦ ਇਲੈਕਟ੍ਰੋਨਿਕ ਮੀਡੀਆ ਆਈ ਡੋਂਟ ਥਿੰਕ ਸੋ ਆਈ ਥਿੰਕ ਦੇ ਡਿਜ਼ਰਵ ਮੋਰ ਹਾਕੀ ਡਿਜ਼ਰਵ ਮੋਰ ਜੀ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜਲਦੀ ਹਾਜ਼ਰ ਹੁੰਦੇ ਹਾਂ ਵੈਲਕਮ ਬੈਕ ਸਿੰਘ ਸਾਹਿਬ ਹਜੇ ਕਈ ਜਿਹੜੀ ਕ੍ਰਿਕਟ ਦੀ ਐਸੋਸੀਏਸ਼ਨ ਨੇ ਉਹ ਵੀ ਚਾਹੁੰਦੇ ਨੇ ਕਿ ਚਾਹੇ ਅਸੀਂ ਛੋਟਾ ਕਰਕੇ ਟਾਈਮ ਡੋਰੇਸ਼ਨ ਮੈਚ ਦੀ ਅਸੀਂ ਪਾਰਟੀਸਪੇਟ ਕਰੀਏ ਪਰ ਓਲੰਪਿਕਸ ਵੀ ਜ਼ਰੂਰ ਜਾਈਏ ਬਟ ਤਾਂ ਵੀ ਜਦੋਂ ਭਾਰਤ ਰਤਨ ਦੀ ਗੱਲ ਆਉਂਦੀ ਹੈ ਤਾਂ ਸਚਿਨ ਤੇਂਦੁਲਕਰ ਨੂੰ ਮਿਲਦਾ ਪਰ ਧਿਆਨ ਚੰਦ ਨੂੰ ਨਹੀਂ ਮਿਲਦਾ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਨਾ ਦੁੱਖ ਦੀ ਗੱਲ ਹੈ ਕਿ ਹਾਂ ਕ੍ਰਿਕਟਰ ਵੀ ਇਹ ਟੁੱਥ ਹੈ ਸੱਚੀ ਗੱਲ ਹੈ ਕਿ ਕ੍ਰਿਕਟਰ ਆਲਸੋ ਕ੍ਰਿਕਟ ਐਸੋਸੀਏਸ਼ਨ BCCI ਆਲਸੋ ਉਹ ਵੀ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਓਲੰਪਿਕ ਦੇ ਵਿਚਕਾਰ ਹੋ ਜਾਏ ਸ਼ਾਮਿਲ ਹੋ ਜਾਏ ਕ੍ਰਿਕਟ ਵੀ ਕਿਉਂਕਿ ਓਲੰਪਿਕ ਗੋਲਡ ਮੈਡਲ ਤਾਂ ਡੈਫੀਨੇਟਲੀ ਹਰ ਕੋਈ ਚਾਹੁੰਦਾ ਕਿ ਮੈਨੂੰ ਮਿਲੇ ਜੀ ਅਬਾਊਟ ਭਾਰਤ ਰਤਨਾ ਮੈਂ ਸਮਝਦਾ ਕਿ ਯੈਸ ਸਚਿਨ ਡਿਜ਼ਰਵ ਇਟ ਲੇਕਿਨ ਮੋਰ ਦੈਨ ਦੈਟ ਉਸ ਤੋਂ ਪਹਿਲੇ ਜੋ ਕੁਝ ਅਚੀਵ ਕੀਤਾ ਧਿਆਨ ਚੰਦ ਨੇ ਉਸ ਨੂੰ ਇਗਨੋਰ ਕਰਕੇ ਜਿਹੜਾ ਕੀਤਾ ਗਿਆ ਆਈ ਥਿੰਕ ਦੋਨਾਂ ਨੂੰ ਇਕੱਠਾ ਦੇ ਸਕਦੇ ਸੀ ਔਰ ਹੁਣ ਵੀ ਜਦ ਤੱਕ ਅੱਜ ਤੱਕ ਨਹੀਂ ਦਿਆ ਜਾ ਰਿਹਾ ਮੈਨੂੰ ਸਮਝ ਆਉਂਦੀ ਕਿ ਰੀਜ਼ਨ ਕੀ ਹੈ ਪਰ ਦੁੱਖ ਦੀ ਗੱਲ ਹੈ ਕਿ ਇਤਨਾ ਇਗਨੋਰ ਕੀਤਾ ਗਿਆ ਹਾਕੀ ਨੂੰ ਔਰ ਖਾਸ ਕਰਕੇ ਧਿਆਨ ਚੰਦ ਨੂੰ ਕਿ ਜਿਸ ਨੇ ਕਿ ਸਾਰਾ ਭਾਰਤ ਦਾ ਨਾਂ ਇੰਡੀਪੈਂਡੈਂਸ ਤੋਂ ਪਹਿਲੇ ਜੀ ਰੋਸ਼ਨ ਕੀਤਾ ਕਿ ਹਾਕੀ ਸਿਨੋਨਿਮਸ ਵਿਦ ਧਿਆਨ ਚੰਦ ਲਾਈਕ ਬ੍ਰੈਡਮੈਨ ਵਿਦ ਕ੍ਰਿਕਟ ਐਂਡ ਪੇਲੇ ਵਿਦ ਫੁੱਟਬਾਲ ਜ਼ਿਆਦਾ ਸਿੰਪਲ ਐਜ਼ ਦੈਟ ਜੀ ਐਥਲੈਟਿਕਸ ਦੀ ਆਪਾਂ ਜੇ ਗੱਲ ਕਰੀਏ ਸਾਡੀ ਆਪਾਂ ਐਥਲੈਟਿਕਸ ਦੇ ਵਿੱਚ ਵੀ ਕੁਛ ਅੱਛਾ ਨਹੀਂ ਕਰ ਪਾ ਰਹੇ ਚਲੋ ਹਾਕੀ ਦੇ ਵਿੱਚ ਤਾਂ ਤੁਸੀਂ ਦੇਖਿਆ ਸਾਨੂੰ ਅਪਗ੍ਰੇਡ ਹੋਣ ਦੇ ਵਿੱਚ ਟਾਈਮ ਲੱਗਿਆ ਬਟ ਐਥਲੈਟਿਕਸ ਵਿੱਚ ਤਾਂ ਕੁਛ ਇੰਨੀ ਇਨਵੈਸਟਮੈਂਟ ਵੀ ਨਹੀਂ ਹੈ ਤੁਸੀਂ ਦੱਸਿਆ ਜਿਵੇਂ ਉਹ ਇਥੋਪੀਆ ਵਰਗੀ ਕੰਟਰੀ ਵੀ ਦੋ ਤਿੰਨ ਤਿੰਨ ਮੈਡਲ ਲੈ ਜਾਂਦੀ ਹੈ ਠੀਕ ਹੈ ਅਤੇ ਕੀ ਰੀਜ਼ਨ ਹੈ ਦੇਖੋ ਅਸੀਂ ਟੈਲੈਂਟ ਇੱਦਾਂ ਦਾ ਪ੍ਰੋਡਿਊਸ ਨਾ ਕਰ ਪਾ ਰਹੇ ਉਹ ਤੁਸੀਂ ਦੇਖੋ ਜੀ ਮਿਲਖਾ ਸਿੰਘ ਜੀ ਨੂੰ ਛੱਡ ਦਿਓ ਔਰ ਉਸ਼ਾ ਨੂੰ ਛੱਡ ਦਿਓ ਹਾਂਜੀ ਅਤੇ ਬਾਕੀ ਤਾਂ ਸਾਡੇ ਯੈਸ ਹੋਰ 'ਚ ਆਏ ਹੈ ਲੇਕਿਨ ਮੈਂ ਸਮਝਦਾ ਕਿ ਇਹ ਸਾਡੇ ਸ਼ਾਈਨਿੰਗ ਜਿਹੜੇ ਬਲੌਕ ਸੀ ਕਿ ਹਾਂ ਬਟ ਇਹਨਾਂ ਪੰਜਾਂ ਦੇ ਹੱਥੋਂ ਵੀ ਓਲੰਪਿਕ ਮੈਡਲ ਹੱਥੋਂ ਗਿਰਿਆ ਠੀਕ ਗੱਲ ਹੈ ਠੀਕ ਗੱਲ ਹੈ ਅਨਫੋਰਚੁਨੇਟਲੀ ਬਟ ਸਟਿਲ ਦ ਫੈਕਟ ਇਜ਼ ਕਿ ਸਾਡੇ ਉਹ ਸਾਹਮਣੇ ਆਉਂਦੇ ਕਿ ਵੀ ਹਾਂ ਠੀਕ ਹੈ ਔਰ ਉਹਦੇ ਬਾਅਦ ਵੀ ਸਾਡੇ ਐਥਲੀਟ ਕਿਉਂ ਨਹੀਂ ਅੱਗੇ ਆਉਂਦੇ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ ਕਿ ਐਥਲੈਟਿਕਸ ਐਸੀ ਚੀਜ਼ ਹੈ ਜਿਹੜਾ ਕਿ ਹਰ ਗ੍ਰਾਂ ਦੇ ਵਿੱਚ ਹਰ ਪਿੰਡ ਦੇ ਵਿਚਕਾਰ ਹਰ ਡਿਸਟ੍ਰਿਕਟ ਵਿਚਕਾਰ ਐਥਲੀਟ ਪੈਦਾ ਹੋਣੇ ਚਾਹੀਦੇ ਹੈ ਕੀ ਸਾਡੀ ਟ੍ਰੇਨਿੰਗ ਦੇ ਵਿਚਕਾਰ ਕਮਜ਼ੋਰੀ ਹੈ ਜਾਂ ਸਾਡਾ ਸ਼ੌਕ ਘੱਟ ਹੈ ਜਾਂ ਇਨਸੈਂਟਿਵ ਨਹੀਂ ਹੈ ਕੀ ਚੀਜ਼ ਹੈ ਮੇਰੀ ਸਮਝ ਨਹੀਂ ਆਇਆ ਲੇਕਿਨ ਮੈਂ ਸਮਝਦਾ ਕਿ ਇਸ ਦੇ ਵਿਚਕਾਰ ਧਿਆਨ ਦੇਣਾ ਜ਼ਰੂਰੀ ਹੈ ਕਿ ਅਸੀਂ ਜ਼ਿਆਦਾ ਜਿਹੜੀਆਂ ਗੇਮਸ ਜਿਹੜੀਆਂ ਹੈਗੀਆਂ ਮਾਡਰਨ ਗੇਮਸ ਹੈ ਉਹਦੇ ਵਿੱਚ ਜ਼ਿਆਦਾ ਧਿਆਨ ਦਿੰਦੇ ਹਾਂ ਉਹ ਜ਼ਰੂਰੀ ਹੈ ਠੀਕ ਹੈ ਉਹਦੇ ਵਿਚਕਾਰ ਵੀ
ਲੇਕਿਨ ਇਹਦੇ ਵਿਚਕਾਰੋਂ ਵੀ ਕਾਫੀ ਨਿਕਲ ਸਕਦੇ ਆ ਪਲੇਅਰ ਜੀ ਸਾਡੇ ਹੱਥੋਂ 5 ਵਾਰ ਜਿਵੇਂ ਓਲੰਪਿਕ ਦਾ ਮੈਡਲ ਗਿਆ ਐਥਲੈਟਿਕਸ ਦੇ ਵਿੱਚ ਉਸ ਤੋਂ ਬਾਅਦ ਅਸੀਂ ਕੁਆਲੀਫਾਈ ਵੀ ਨਹੀਂ ਕਰ ਪਾ ਰਹੇ ਸੇਮ ਗੋਜ਼ ਵਿਦ ਹਾਕੀ 40 ਸਾਲ ਹੋ ਗਏ ਮੈਡਲ ਨਹੀਂ ਆਇਆ ਠੀਕ ਹੈ ਤੁਹਾਨੂੰ ਕੀ ਵਟ ਯੂ ਲਾਈਕ ਟੂ ਸੇ ਅਬਾਊਟ ਦ ਡੋਮੈਸਟਿਕ ਸਟਰਕਚਰ ਆਫ ਹਾਕੀ ਔਰ ਐਨੀ ਅਦਰ ਗੇਮ ਦੇਖੋ ਜਿਸ ਤਰ੍ਹਾਂ ਮੈਂ ਕਿਹਾ ਨਾ ਕਿ ਹੁਣ ਜਿਹੜੇ ਟਰਫ ਆਉਣ ਦੇ ਨਾਲ ਹੁਣ ਇਹ ਇੰਡੀਆ ਹਾਕੀ ਲੀਗ ਜਿਹੜੀ ਬਣੀ ਹੋ ਰਹੀ ਹੈ HAL ਜਿਹੜੀ ਕਰ ਰਹੀ ਹੈ ਇਹ ਵੀ ਅੱਛਾ ਇਹਦੇ ਨਾਲ ਪੈਸਾ ਕਾਫੀ ਆ ਰਿਹਾ ਮੁੰਡਿਆਂ ਨੂੰ ਕਾਫੀ ਇਨਸੈਂਟਿਵ ਹੈ ਬਾਹਰ ਦੇ ਪਲੇਅਰ ਵੀ ਆ ਕੇ ਖੇਡ ਰਹੇ ਆ ਅਤੇ ਇੱਕ ਅੱਛਾ ਇਨਸੈਂਟਿਵ ਹੈ ਕਿ ਘੱਟ ਤੋਂ ਘੱਟ ਪੈਸਾ ਪਲੇਅਰਾਂ ਨੂੰ ਪੈਸਾ ਆ ਰਿਹਾ ਬਾਹਰ ਦੇ ਪਲੇਅਰ ਵੀ ਆ ਰਹੇ ਆ ਔਰ ਇੱਕ ਐਕਸਪੋਜਰ ਵੀ ਮਿਲ ਰਿਹਾ ਤੁਸੀਂ ਬਹੁਤ ਜ਼ਰੂਰੀ ਹੈ ਐਕਸਪੋਜਰ ਕਿਉਂਕਿ ਇੱਕ ਡਰ ਦੇ ਪਲੇਅਰ 'ਤੇ ਬੈਠ ਜਾਣਾ ਇੰਟਰਨੈਸ਼ਨਲ ਪਲੇਅਰ ਮੈਂ ਇੰਡੀਆ ਵੱਲੋਂ ਖੇਲਾਂਗਾ ਬਾਹਰ ਜਾਵਾਂਗਾ ਔਰ ਇੱਕ ਚੀਜ਼ ਹੋਰ ਹੈ ਬਹੁਤ ਇੰਪੋਰਟੈਂਟ ਹੈ ਸਾਡੇ ਟਾਈਮ ਦੇ ਉੱਪਰ ਇੱਕ ਸੀ ਕਿ ਬਾਹਰੋਂ ਕਾਫੀ ਟੀਮਾਂ ਇੱਥੇ ਆਉਂਦੀਆਂ ਸੀ ਓਕੇ ਹੁਣ ਇੱਥੇ ਟੀਮਾਂ ਬਾਹਰ ਦੇ ਆ ਕੇ ਖੇਡਣ ਕਿਉਂਕਿ ਉਹਨਾਂ ਦਾ ਪ੍ਰੋਗਰਾਮ ਆਪਣਾ ਹੀ ਇਤਨਾ ਲੰਬਾ ਚੌੜਾ ਹੈ ਕਿ ਹੁਣ ਜਿਹੜੀ ਬਾਇਲੇਟਰਲ ਸੀਰੀਜ਼ ਜਿਹੜੀ ਸਨ ਪਹਿਲੇ ਅਸੀਂ ਬਾਹਰ ਜਾਂਦੇ ਹਾਂ ਲੇਕਿਨ ਮੈਂ ਸਮਝਦਾ ਕਿ ਇੱਥੇ ਆ ਲਿਆ ਕੇ ਆਸਟ੍ਰੇਲੀਆ ਪਾਕਿਸਤਾਨ ਜਰਮਨੀ ਹਾਲੈਂਡ ਉਹਨਾਂ ਨੂੰ ਲਿਆ ਕੇ ਇੱਥੇ 5-5 7-7 ਮੈਚ 10 ਮੈਚ ਖਿਲਾਉਣਾ ਅਤੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਪਬਲਿਕ ਨੂੰ ਵੀ ਇੰਟਰਸਟ ਆਏ ਔਰ ਉਹਦੇ ਨਾਲ ਇੰਟਰਸਟ ਵਧੇਗਾ ਕਿਉਂਕਿ ਇੰਟਰਨੈਸ਼ਨਲ ਮੈਚ ਦੇਖਣਾ ਪਬਲਿਕ ਨੂੰ ਬਹੁਤ ਅੱਛਾ ਲੱਗਦਾ ਚਾਹੇ ਕ੍ਰਿਕਟ 'ਚ ਹੋਵੇ ਮੈਂ ਦੇਖਿਆ ਕ੍ਰਿਕਟ ਦੇ ਵਿੱਚ ਵੀ ਕਿ ਈਵਨ ਜਿਹੜੇ ਸਾਰੇ ਇੰਡੀਆ ਦੇ ਪਲੇਅਰ ਈਵਨ ਤੇਂਦੁਲਕਰ ਉਹ ਜਿਹੜੇ ਰਾਂਜੀ ਟਰਾਫੀ ਜਾਂ ਕੋਈ ਲੋਕਲ ਮੈਚ ਖੇਡਣ ਆਉਂਦਾ ਸੀ ਉੱਥੇ 5-5, 6-6 ਪਲੇਅਰ ਆ ਕੇ ਕਲਕੱਤੇ ਅਤੇ ਉੱਥੇ 500-700 ਬੰਦਾ ਹੋਏਗਾ ਲੇਕਿਨ ਜਿਹੜਾ ਟੈਸਟ ਮੈਚ ਹੋ ਗਿਆ ਉਹ ਤੁਹਾਨੂੰ ਦੇਖੋਗੇ 50,000 ਬੰਦਾ 60,000 ਬੰਦਾ ਇਕੱਠਾ ਹੋ ਗਿਆ ਅਤੇ ਇੰਟਰਨੈਸ਼ਨਲ ਮੈਚ ਦਾ ਫਲੇਵਰ ਵੱਖਰਾ ਹੈ ਅਤੇ ਮੈਂ ਸਮਝਦਾ ਕਿ ਇਹ ਵੀ ਇੱਕ ਜ਼ਰੂਰੀ ਚੀਜ਼ ਹੈ ਕਿ ਅਗਰ ਬਾਹਰ ਦੇ ਟੀਮਾਂ ਅਗਰ ਇੰਟਰਨੈਸ਼ਨਲ ਟੀਮਾਂ ਅਗਰ ਆਉਣ ਪਾਕਿਸਤਾਨ ਹੈ ਆਸਟ੍ਰੇਲੀਆ ਹੈ ਔਰ ਨਿਊਜ਼ੀਲੈਂਡ ਹੈ ਜਰਮਨੀ ਹਾਲੈਂਡ ਇੰਗਲੈਂਡ ਅਤੇ ਅਗਰ ਇੱਥੇ ਅਗਰ ਟੀਮਾਂ ਆਉਣ ਇੱਥੇ ਔਰ ਆ ਕੇ ਅਗਰ ਇੱਥੇ ਪਾਰਟੀਸਪੇਟ ਕਰਨ ਤਾਂ ਇਹ ਕਾਫੀ ਫਰਕ ਪੈ ਜਾਵੇਗਾ ਹੁਣ ਜਿਹੜਾ 2020 ਦਾ ਓਲੰਪਿਕਸ ਹੈਗਾ ਅਤੇ ਉਸ ਤੋਂ ਪਹਿਲਾਂ ਏਸ਼ੀਅਨ ਗੇਮਸ ਦਾ ਹੈਗਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਅਸੀਂ ਇਸ 'ਤੇ ਵਧੀਆ ਕਰ ਪਾਵਾਂਗੇ ਹਾਂ ਦੇਖੋ ਅਗਰ ਏਸ਼ੀਅਨ ਗੇਮ ਅਸੀਂ ਜਿੱਤਦੇ ਹਾਂ ਹੁਣ ਇਸ ਸਾਲ ਹੈ ਅਤੇ ਅਗਰ ਜਿੱਤ ਗਏ ਤਾਂ ਅਸੀਂ ਕੁਆਲੀਫਾਈ ਕਰ ਜਾਵਾਂਗੇ ਉੱਥੇ ਓਲੰਪਿਕਸ ਲਈ ਅਤੇ ਲੇਕਿਨ ਇਸ ਵਕਤ ਸਾਡਾ ਏਸ਼ੀਆ 'ਚ ਅੱਛੀ ਪੋਜੀਸ਼ਨ ਹੈ ਕਿਉਂਕਿ ਇੱਥੇ ਤਾਂ ਹੁਣ ਇਸ ਲਈ ਮੇਨਲੀ ਸਾਡੇ ਓਪੋਨੈਂਟ ਹੈਗੇ ਪਾਕਿਸਤਾਨ ਜਾਂ ਮਲੇਸ਼ੀਆ ਮੇਨਲੀ ਉਹਦੇ ਬਾਅਦ ਤਾਂ ਅਪਸੈਟ ਤਾਂ ਕੋਈ ਜਪਾਨ ਵੀ ਕਰ ਸਕਦਾ ਅਤੇ ਤੁਹਾਡਾ ਕੋਰੀਆ ਵੀ ਕਰ ਸਕਦਾ ਲੇਕਿਨ ਕੋਰੀਆ ਵਾਜ਼ ਰੀਅਲੀ ਗੁੱਡ ਟੀਮ ਅਰਲੀਅਰ ਲੇਕਿਨ ਹੁਣ ਕੋਰੀਆ ਵੀ ਡਾਊਨ ਹੋ ਗਈ ਹੈ ਅਤੇ ਇਸ ਵਕਤ ਮਲੇਸ਼ੀਆ ਇਜ਼ ਗੁੱਡ ਔਰ ਆਲਸੋ ਪਾਕਿਸਤਾਨ ਲੇਕਿਨ ਸਾਡੇ ਕੋਲ ਅਜੇ ਅੱਜ ਦੇ ਮੌਕੇ 'ਤੇ ਡਾਊਨ ਹੈ ਕੱਲ੍ਹ ਕੀ ਪੋਜੀਸ਼ਨ ਹੋ ਗਈ ਕਹਿ ਨਹੀਂ ਸਕਦਾ ਜੀ ਵਟ ਇਜ਼ ਅ ਵਨ ਥਿੰਗ ਦੈਟ ਯੂ ਵੁੱਡ ਲਾਈਕ ਟੂ ਚੇਂਜ ਅਬਾਊਟ ਹਾਕੀ ਕੀ ਕਦੇ ਦੀਦੀ ਕੋਈ ਚੀਜ਼ ਹੋਵੇ ਜਿਹੜੀ ਤੁਸੀਂ ਚੇਂਜ ਕਰਨਾ ਚਾਹੋ ਹਾਕੀ ਦੇ ਬਾਰੇ ਹਾਕੀ ਦੇ ਬਾਰੇ ਮੈਂ ਸਮਝਦਾ ਕਿ ਚੇਂਜ ਕਰਨ ਦਾ ਤਾਂ ਦੇਖੋ ਤੁਹਾਨੂੰ ਅਡਾਪਟ ਕਰਨਾ ਮਿੱਡੀ ਚੀਜ਼ ਹੈ ਮੈਂ ਚੇਂਜ ਕੀ ਕਰਨਾ ਚਾਹਾਂਗਾ ਓਕੇ ਸਾਨੂੰ ਆਪਣੇ ਨੂੰ ਅਡਾਪਟ ਕਰਨਾ ਹਾਕੀ ਨੂੰ ਹੁਣ ਕਿਉਂਕਿ ਅਸੀਂ ਡੋਮੀਨੇਟ ਨਹੀਂ ਕਰ ਸਕਦੇ ਰੂਲ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਸਾਡੀ ਤਾਕਤ ਨਹੀਂ ਹੈ ਇੰਡੀਆ ਪਾਕਿਸਤਾਨ ਦੀ ਤਾਕਤ ਨਹੀਂ ਹੈ ਰੂਲ ਜੋ ਵੀ ਬਣਾਉਣੇ ਹੈ ਜੋ ਵੀ ਚੇਂਜਸ ਲਿਆਉਣੇ ਹੈ ਉਹ ਰੂਲਸ ਬੋਰਡ ਹੈ FIH ਕਰਦੀ ਹੈ ਜਿਸ ਵਿੱਚ ਕਿ ਸਾਡੀ ਮਿਨੋਰਟੀ ਹੈ ਕਈ ਲੋਕ ਕਹਿੰਦੇ ਆ ਕਿ ਅਸੀਂ ਆਪਣੀ ਹਾਕੀ ਚਲਾਈਏ ਅਸੀਂ ਕਾਹ ਦੀ ਹਾਕੀ ਫਿਰ ਸ਼ੁਰੂ ਕਰ ਦਈਏ ਬਟ ਪੋਸੀਬਲ ਨਹੀਂ ਹੈ ਤੁਹਾਨੂੰ ਉਹਨਾਂ ਦੇ ਰੂਲਸ ਖੇਡਣਾ ਪਏਗਾ ਸਾਨੂੰ ਉਹਨਾਂ ਦੇ ਹਿਸਾਬ ਸਿਰ ਕਰਨਾ ਪਏਗਾ ਔਰ ਮੈਂ ਸਮਝਦਾ ਕਿ ਉਹਦੇ ਵਿਚਕਾਰ ਅਗਰ ਬੱਚਾ ਬੱਚਾ ਜਿਹੜਾ ਇੱਕ ਹੋਰ ਚੀਜ਼ ਬੜੀ ਜ਼ਰੂਰੀ ਹੈ ਕਿ ਐਜੂਕੇਸ਼ਨ ਪਹਿਲੇ ਐਜੂਕੇਟਡ ਪਲੇਅਰ ਬੜਾ ਹੁੰਦਾ ਸੀ ਮੈਂ ਤੁਹਾਨੂੰ ਇੱਕ ਇੰਸਟੈਂਸ ਦੇਣਾ ਕਿ 64 ਦੀ ਇੱਕ ਓਲੰਪਿਕ ਟੀਮ ਅਸੀਂ 6 ਪਲੇਅਰ ਹਾਂ ਉਸ ਓਲੰਪਿਕ 64 ਦੀ ਟੀਮ ਵਿੱਚ ਜਿਹੜੇ ਕਿ ਇੱਕ ਦੂਜੇ ਦੇ ਅਗੇਂਸਟ ਅਸੀਂ ਇੰਟਰ ਯੂਨੀਵਰਸਿਟੀ ਖੇਲੇ ਪ੍ਰਿਥੀਪਾਲ ਧਰਮ ਮੈਂ ਜੋਗਿੰਦਰ ਮਹਿੰਦਰ ਲਾਲ ਅਲੀ ਸੈਦ 6 ਪਲੇਅਰ ਉਸ ਟੀਮ ਦੇ ਵਿਚਕਾਰ ਸਨ 18 ਚੋਂ ਜਿਹੜੇ ਕਿ ਇੰਟਰ ਯੂਨੀਵਰਸਿਟੀ ਖੇਲ ਕੇ ਇੱਕ ਦੂਜੇ ਦੇ ਅਗੇਂਸਟ ਕੁਝ ਸਾਲ ਪਹਿਲੇ ਜਿਹੜੇ ਕਿ ਇੰਡੀਆ ਟੀਮ ਵਿੱਚ ਆਏ ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਮਤਲਬ ਯੂਨੀਵਰਸਿਟੀ ਲੈਵਲ ਦੀ ਐਜੂਕੇਸ਼ਨ ਹੁੰਦੀ ਸੀ ਕਿ ਤਦ ਨਹੀਂ ਯੂਨੀਵਰਸਿਟੀ ਲੈਵਲ ਦੇ ਨਾਲ ਮੇਰਾ ਮਤਲਬ ਹੈ ਕਿ ਹੋਣਾ ਐਜੂਕੇਸ਼ਨ ਵੀ ਹੋਣਾ ਬੜਾ ਜ਼ਰੂਰੀ ਹੈ ਖਾਲੀ ਪਲੇਅਰ ਤੁਸੀਂ ਕਹੋ ਕਿ ਪਿੰਡ 'ਚੋਂ ਆ ਕੇ ਪਲੇਅਰ ਬਣ ਜਾਏਗਾ ਉਹ ਓਲੰਪਿਕ ਜਿੱਤ ਕੇ ਆ ਜਾਏਗਾ ਹੋ ਸਕਦਾ ਬਣ ਵੀ ਸਕਦਾ ਐਸੀ ਗੱਲ ਨਹੀਂ ਹੈ ਲੇਕਿਨ ਉਹ ਵੀ ਜਿਹੜਾ ਉਸ ਨੂੰ ਵੀ ਤੁਸੀਂ ਤੁਹਾਨੂੰ ਐਜੂਕੇਟ ਕਰਨਾ ਪਏਗਾ ਟੂ ਅੰਡਰਸਟੈਂਡ ਅੱਜ ਦੀ ਮਾਡਰਨ ਗੇਮ ਔਰ ਮਾਡਰਨ ਜਿਹੜਾ ਆਈ ਬਾਲ ਟੂ ਆਈ ਬਾਲ ਜਿਹੜੀ ਗੇਮ ਹੁੰਦੀ ਹੈ ਜਿਹੜੀ ਇੰਟਰਨੈਸ਼ਨਲ ਗੇਮ ਹੈ ਉਹ ਖਾਲੀ ਅੱਜ ਉਹ ਨਹੀਂ ਰਹਿ ਗਈ ਕਿ ਤੁਹਾਨੂੰ ਸਮਝਣਾ ਪਏਗਾ ਕਿ ਅੱਜ ਕੀ ਹੋ ਰਿਹਾ ਦੁਨੀਆ 'ਚ ਦੂਜੀ ਟੀਮ ਕਿਸ ਤਰ੍ਹਾਂ ਖੇਡਦੀ ਹੈ ਉਹਦੀ ਟੈਕਟਿਕਸ ਕੀ ਹੈ ਉਹ ਸਮਝਾਏਗਾ ਨਾ ਕੋਚ ਅਤੇ ਬੜਾ ਜ਼ਰੂਰੀ ਹੈ ਤੁਹਾਨੂੰ ਲੱਗਦਾ ਅੱਜ ਜਦੋਂ ਅੱਜ ਹਾਕੀ ਦੇ ਵਿੱਚ ਕੋਈ ਵਧੀਆ ਕਰਦਾ ਜਾਂ ਕੋਈ ਐਥਲੈਟਿਕਸ ਵਿੱਚ ਵਧੀਆ ਕਰਦਾ ਤੁਹਾਨੂੰ ਵਧੀਆ ਜੋਬ ਮਿਲਦੀ ਹੈ ਮਿਲ ਰਹੀਆਂ ਨੇ ਹੁਣ ਮਿਲ ਰਹੀਆਂ ਹੁਣ ਦੇਖੋ ਤੁਸੀਂ ਇਮੈਜਿਨ ਕਰੋ ਕਿ ਪੰਜਾਬ ਵਿੱਚ ਮੈਂ ਦੇਖਦਾ ਕਿ ਕੋਈ ਵੀ ਪਲੇਅਰ ਆਉਂਦਾ ਉਹ ਸਿੱਧਾ DSP ਕਰ ਦਿੰਦੇ ਆ ਹਾਂਜੀ ਲੇਕਿਨ ਇੱਕ ਮੌਕਾ ਐਸਾ ਆਇਆ ਕਿ ਪਹਿਲੇ ਸਾਡੇ ਟਾਈਮ 'ਤੇ ਸਬ ਇੰਸਪੈਕਟਰ ਬਣਾਉਂਦੇ ਸਨ ਜੀ ਉਹਨਾਂ ਨੂੰ ਪੰਜਾਬ ਗਵਰਨਮੈਂਟ ਨੇ DSP ਬਣਾ ਦਿੱਤਾ ਸੀ ਜੀ
ਇੱਕ ਆਰ ਟੀ ਆਈ ਕਿਸੇ ਨੇ ਪਾਈ ਕਿ ਕਿਸ ਤਰ੍ਹਾਂ ਬਣਾ ਦਿੱਤਾ ਇਹ ਰੂਲਸ ਦੇ ਅਗੇਂਸਟ ਬਣਾਇਆ ਔਰ ਸਭ ਨੂੰ ਡਿਮੋਟ ਕੀਤਾ ਗਿਆ ਓਕੇ ਜਿਤਨੇ ਸਪੋਰਟਸ ਪਰਸਨ ਸਨ ਓਕੇ ਇਹ ਫੈਕਟ ਹੈ ਇਹ ਹਿਸਟਰੀ ਹੈ ਮੈਂ ਹਜੇ ਲਾਸਟ ਦੁਬਾਰਾ ਕਿਸੇ ਅੱਛਾ ਉਹਨਾਂ ਨੂੰ ਫਿਰ ਪ੍ਰਮੋਸ਼ਨ ਮਿਲੀ ਕੁਝ ਕਰਕੇ ਲੇਕਿਨ ਹੁਣ ਇਹ ਖੁੱਲ ਗਿਆ ਕੁਝ ਰੂਲਸ ਐਸੇ ਬਣੇ ਹੈ ਕਿ ਡੀ ਐਸ ਪੀ ਬਣ ਜਾਣਾ ਇਟਸ ਰੀਜ਼ਨੇਬਲ ਹੈ ਉਹਦੇ ਬਾਅਦ ਉਹ ਐਸ ਪੀ ਬਣ ਸਕਦਾ ਡਿਸਟ੍ਰਿਕਟ ਦਾ ਐਸ ਪੀ ਬਣ ਸਕਦਾ ਮਤਲਬ ਕੰਫਰਟੇਬਲ ਜਾਬ ਹੁਣ ਮਿਲ ਰਹੀ ਹੈ ਹਾਕੀ ਦੇ ਵਿਚਕਾਰ ਔਰ ਕੈਸ਼ ਤਾਂ ਮਿਲਦਾ ਅਗਰ ਕੋਈ ਅੱਛਾ ਖੇਲ ਰਿਹਾ ਤਾਂ ਉਹਨੂੰ ਕੈਸ਼ ਤਾਂ ਮਿਲੀ ਕੈਸ਼ ਇਨਸੈਂਟਿਵ ਤਾਂ ਹੈ ਹੀ ਹੈ ਇੰਡੀਆ ਵੱਲੋਂ ਖੇਲਣ ਲਈ ਸੋ ਆਈ ਥਿੰਕ ਉਸ ਹਿਸਾਬ ਸਿਰ ਪਹਿਲੇ ਨੂੰ ਬਹੁਤ ਬੈਟਰ ਪੋਜੀਸ਼ਨ ਹੈ ਜੀ ਹਜੇ ਇੱਕ ਵੂਮਨ ਪਲੇਅਰ ਨੂੰ ਪੰਜਾਬ ਦੇ ਡੀ ਐਸ ਪੀ ਬਣਾਇਆ ਗਿਆ ਬਣਾਇਆ ਹੁਣ ਜੀ ਹਰਮਨਪ੍ਰੀਤ ਕ੍ਰਿਕੇਟਰ ਨੂੰ ਬਣਾਇਆ ਹਾਂਜੀ 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 ਸੋ ਸਰ ਵਾਟ ਇਜ਼ ਯੋਰ ਐਡਵਾਈਸ ਟੂ ਯੰਗ ਹਾਕੀ ਪਲੇਅਰਸ ਹੂ ਆਰ ਕਮਿੰਗ ਅਪ ਦੇਖੋ ਜੀ ਸਭ ਤੋਂ ਪਹਿਲਾਂ ਐਡਵਾਈਸ ਤਾਂ ਮੈਂ ਸਮਝਦਾ ਕਿ ਕਿਸੇ ਵੀ ਯੰਗਸਟਰ ਨੂੰ ਇਨ ਐਨੀ ਗੇਮ ਜੀ ਮੈਂ ਜਿਹੜੇ ਜਾਂਦਾ ਤਾਂ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਦੇਖੋ ਸਭ ਤੋਂ ਪਹਿਲੇ ਐਜ਼ ਏ ਯੰਗਸਟਰ ਜੀ 6 7 8 10 ਸਾਲ 12 ਸਾਲ ਦੀ ਉਮਰ ਤੱਕ ਜੀ ਕਿ ਮਾਂ ਪਿਓ ਨੂੰ ਗੱਲ ਮੰਨੋ ਜੀ ਟੀਚਰ ਦੀ ਗੱਲ ਮੰਨੋ ਜੀ ਔਰ ਕੋਚ ਦੀ ਗੱਲ ਮੰਨੋ ਜੀ ਇਹ ਬੜੀ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਮਾਂ ਪਿਓ ਦੀ ਗੱਲ ਨਹੀਂ ਮੰਨਦੇ ਤਾਂ ਤੁਸੀਂ ਅੱਛਾ ਇਨਸਾਨ ਨਹੀਂ ਬਣ ਸਕਦੇ ਤੁਸੀਂ ਅੱਛੇ ਪਲੇਅਰ ਨਹੀਂ ਬਣ ਸਕਦੇ ਅੱਛਾ ਇਨਸਾਨ ਨਹੀਂ ਤਾਂ ਅੱਛਾ ਪਲੇਅਰ ਨਹੀਂ ਸੇਮ ਚੀਜ਼ ਹੈ ਅਗਰ ਤੁਹਾਡਾ ਕੋਚ ਆ ਗਿਆ ਤੁਹਾਡਾ ਟੀਚਰ ਆ ਗਿਆ ਤੁਹਾਡਾ ਕੋਚ ਆ ਗਿਆ ਜੀ ਮੈਂ ਇਹ ਹਮੇਸ਼ਾ ਕਹਿੰਦਾ ਰਿਹਾ ਕਿ ਇੰਗਲਿਸ਼ ਵਿੱਚ ਕਹਾਵਤ ਹੈ ਦੈਟ ਇੰਡੀਅਨ ਪਲੇਅਰਸ ਆਰ ਨਾਟ ਕੰਡਿਊਸਿਵ ਟੂ ਕੋਚਿੰਗ ਕਿਉਂ ਕਿਉਂਕਿ ਸਾਡੇ ਜ਼ਮਾਨੇ ਦੇ ਵਿਚਕਾਰ ਕਾਫੀ ਜਨਰੇਸ਼ਨ ਬਾਅਦ ਤੱਕ ਵੀ ਸਕੂਲਾਂ ਦੇ ਵਿਚਕਾਰ ਜਿਹੜੇ ਅਸੀਂ ਹਾਕੀ ਖੇਡਦੇ ਸਾਂ ਈਵਨ ਜਿਹੜੇ ਤੁਹਾਡੇ ਕਲੱਬਾਂ ਦੇ ਵਿਚਕਾਰ ਵੀ ਛੋਟੇ ਛੋਟੇ ਕਲੱਬਾਂ ਦੇ ਵਿਚਕਾਰ ਵੀ ਜਿਹੜੇ ਪੁਰਾਣਾ ਪਲੇਅਰ ਹੁੰਦਾ ਸੀ ਉਹ ਕੋਚ ਗਿਣਿਆ ਜਾਂਦਾ ਸੀ ਵੀ ਇਹ ਨਾਲ ਵੀ ਕੋਚਿੰਗ ਕਰੇਗਾ ਐਜ ਏ ਕੋਚ ਕੋਈ ਨਹੀਂ ਸੀ ਮੈਂ ਯੂਰਪ ਜਾ ਕੇ ਦੇਖਿਆ ਮੈਂ ਫਰਾਂਸ ਵਿੱਚ ਗਿਆ ਮੈਂ 2 ਸਾਲ ਉੱਥੇ ਕੋਚਿੰਗ ਕੀਤੀ ਮੈਂ ਦੇਖਿਆ ਕਿ ਕੋਚ ਵਾਜ਼ ਦ ਕਿੰਗ ਉਹ ਅਗਰ ਕੋਚ ਹੈ ਤਾਂ ਉਹਨੇ ਅਗਰ ਕਿਹਾ ਕਿ ਦਿਨ ਹੈ ਤਾਂ ਦਿਨ ਹੈ ਉਹਨੇ ਕਿਹਾ ਰਾਤ ਹੈ ਤਾਂ ਰਾਤ ਹੈ ਸੋ ਦ ਕੋਚ ਡੋਮੀਨੇਟਸ ਅਤੇ ਕੋਚ ਦੀ ਗੱਲ ਨਹੀਂ ਮੰਨੋਗੇ ਤੁਸੀਂ ਅੱਗੇ ਨਹੀਂ ਵੱਧ ਸਕਦੇ ਸੋ ਸੇਮ ਥਿੰਗ ਇਟ ਸਟਾਰਟ ਫਰੋਮ ਦ ਪੇਰੈਂਟਸ ਦੈਨ ਕਮਸ ਦ ਟੀਚਰ ਬਟ ਇੰਡੀਆ ਦੀ ਤਾਂ ਇੱਕ ਹਿਸਟਰੀ ਹੈਗੀ ਕਿ ਇੱਦਾਂ ਦੀ ਗੱਲਾਂ ਨੇ ਕਿ ਅੰਗੂਠਾ ਮੰਗੋ ਅਤੇ ਅੰਗੂਠਾ ਦੇ ਦਿੰਦੇ ਨੇ ਜੇ ਚੇਲਾ ਗੁਰੂ ਨੂੰ ਮੰਗੇ ਇੱਦਾਂ ਦਾ ਕੋਰਡੀਅਲ ਰਿਲੇਸ਼ਨ ਇੱਦਾਂ ਦਾ ਇੰਡੀਆ ਹਾਕੀ ਦੇ ਵਿੱਚ ਜਾਂ ਆਪਣੇ ਇਹਦੇ ਸਪੋਰਟਸ ਦੇ ਵਿੱਚ ਨਹੀਂ ਮੈਂ ਐਸੇ ਐਸੇ ਇੰਸਟੈਂਸਿਸ ਵੀ ਦੇਖੇ ਹੈ ਕਿ ਕੋਚ ਨੂੰ ਉਹ ਕਹਿੰਦੇ ਕਿ ਸਾਡੇ ਕੋਲ ਵੱਡਾ ਪਲੇਅਰ ਹੋਣਾ ਚਾਹੀਦਾ ਐਸੇ ਜ਼ਰੂਰੀ ਨਹੀਂ ਹੈ ਇੱਕ ਵੱਡਾ ਪਲੇਅਰ ਅੱਛਾ ਕੋਚ ਬਣ ਸਕਦਾ ਐਸਾ ਜ਼ਰੂਰੀ ਨਹੀਂ ਹੈ ਓਕੇ ਇਹ ਬਹੁਤ ਔਰ ਬਹੁਤ ਸਾਰੇ ਵੱਡੇ ਪਲੇਅਰ ਮੈਂ ਆਪ ਸੁਣਿਆ ਆਪ ਦੇਖਿਆ ਕਿਉਂਕਿ ਕੋਚ ਉਹਨਾਂ ਕੋਲ ਵੱਡਾ ਪਲੇਅਰ ਨਹੀਂ ਸੀ ਉਹ ਕਹਿੰਦੇ ਯਾਰ ਇਹ ਕਿਸਾਨ ਕੀ ਸਿਖਾਏਗਾ ਦੇ ਡੋਂਟ ਅੰਡਰਸਟੈਂਡ ਕਿ ਉਹਨੇ ਕੋਚਿੰਗ ਕਰਨ ਆਇਆ ਉਹਨੇ ਕੁਛ ਕੋਚਿੰਗ ਦੇ ਹਿਸਾਬ ਸੇ ਸਿੱਖਿਆ ਕੁਝ ਨਵੇਂ ਰੂਲਸ ਉਹ ਦੇਖ ਰਿਹਾ ਦੁਨੀਆ ਕੀ ਕਰ ਰਹੀ ਹੈ ਦੂਸਰੇ ਟੀਮਾਂ ਕੀ ਕਰ ਰਹੀਆਂ ਤਾਂ ਕੋਚਿੰਗ ਇਜ਼ ਵਟ ਕੋਚਿੰਗ ਸਿਰਫ ਇਹ ਹੈ ਕਿ ਆਪਣੇ ਟੀਮ ਦੀ ਗਲਤੀਆਂ ਦੇਖਣਾ ਕਮਜ਼ੋਰੀਆਂ ਦੇਖਣਾ ਉਹਦੀ ਟੀਮ ਦੀਆਂ ਅੱਛਾ ਵੱਡੇ ਉਹਦਾ ਦੇਖਣਾ ਉਹਦੇ ਵੱਡਾਪਣ ਕੀ ਹੈ ਉਹਦਾ ਰੁਕ ਕੇ ਅੱਛਾ ਹੈ ਉਹਨੂੰ ਰੋਕਣਾ ਔਰ ਉਹਦੀ ਕਮਜ਼ੋਰੀਆਂ ਦਾ ਫਾਇਦਾ ਉਠਾਉਣਾ ਔਰ ਸੇਮ ਆਪਣੀ ਟੀਮ ਦਾ ਕਰਨਾ ਇਹੀ ਹੈ ਨਾ ਆਪਣੀ ਟੀਮ ਦੀ ਤੁਸੀਂ ਆਪਣੀ ਕਮਜ਼ੋਰੀ ਨੂੰ ਤੁਸੀਂ ਦੇਖਣਾ ਕਿ ਇਹਨੂੰ ਮੈਂ ਰੋਕਣਾ ਹੈ ਔਰ ਆਪਣੇ ਦਾ ਯੂਟੀਲਾਈਜ਼ ਕਰਨਾ ਸੋ ਇਹ ਅਗਰ ਕੋਚ ਕਰ ਸਕਦਾ ਚਾਹੇ ਉਹ ਵੱਡਾ ਪਲੇਅਰ ਰਿਹਾ ਕਿ ਨਹੀਂ ਰਿਹਾ ਜੀ ਅਗਰ ਫਰਗੂਸਨ ਜਿਹੜਾ ਐਲੈਕਸ ਫਰਗੂਸਨ ਜਿਹੜਾ ਹੈ ਮੈਨਚੈਸਟਰ ਯੂਨਾਈਟਿਡ ਦਾ ਫੁੱਟਬਾਲ ਦਾ ਕੋਚ ਹੀ ਉਹ ਇਤਨਾ ਵੱਡਾ ਪਲੇਅਰ ਨਹੀਂ ਸੀ ਲੇਕਿਨ ਵਰਲਡ ਦੀ ਗ੍ਰੇਟੈਸਟ ਕੋਚਿਸ ਤਾਂ ਜ਼ਰੂਰੀ ਨਹੀਂ ਕਿ ਕੋਚ ਇਤਨਾ ਵੱਡਾ ਪਲੇਅਰ ਹੋਵੇ ਜੀ ਲੇਕਿਨ ਸਾਡਾ ਇੱਕ ਕੰਡੀਊਸਿਵ ਕੋਚਿੰਗ ਮੈਂ ਕਿਉਂ ਕਿਹਾ ਕਿ ਉਹ ਬਚਪਨ ਤੋਂ ਅਗਰ ਉਸਨੂੰ ਕੋਚ ਦੀ ਮਤਲਬ ਕੀਮਤ ਪਤਾ ਹੈ ਵੈਲਿਊ ਪਤਾ ਹੈ ਤਾਂ ਉਹ ਸਾਰੀ ਉਮਰ ਕੋਚ ਦੀ ਵੈਲਿਊ ਸਮਝਦਾ ਰਹੇਗਾ ਜੀ ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਕੋਚ ਦੀ ਵੈਲਿਊ ਸਮਝਣਾ ਪਲੇਅਰ ਨੂੰ ਬਚਪਨ ਤੋਂ ਅਗਰ ਸਮਝਦਾ ਆਇਆ ਤਾਂ ਔਰ ਉਹਦੇ ਬਾਅਦ ਤਰਫ ਤੇ ਖਿਲਾਓ ਮਾਡਰਨ ਹਾਕੀ ਸਿਖਾਓ ਜੋ ਅੱਜ ਦੀ ਹਾਕੀ ਚੱਲ ਰਹੀ ਹੈ ਔਰ ਮੈਨੂੰ ਸਮਝਦਾ ਕਿ ਅਸੀਂ ਵੀ ਆਰ ਔਨ ਦਾ ਰਾਈਟ ਟਰੈਕ ਅਸੀਂ ਫਿਰ ਟੀਮ ਫਿਰ ਵਾਪਸ ਆ ਜਾਏ ਲੇਕਿਨ ਉਹ ਜ਼ਮਾਨਾ ਨਹੀਂ ਆਏਗਾ ਕਿ 4 ਓਲੰਪਿਕ 6 ਓਲੰਪਿਕ ਇਕੱਠੀਆਂ ਜਿੱਤ ਲਈਆਂ ਹੁਣ ਤਾਂ ਬਹੁਤ ਮੈਦਾਨ ਖੁੱਲ ਗਿਆ ਦੇਰ ਆਰ ਓਪਨ ਫੀਲਡ 8-10 ਟੀਮਾਂ ਬਰਾਬਰੀ 'ਤੇ ਆ ਗਈਆਂ ਕੋਈ ਵੀ ਜਿੱਤ ਸਕਦੀ ਹੈ ਜੀ ਹੁਣ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਨਿਊਜ਼ 'ਚ ਆਉਂਦਾ ਜਿਵੇਂ ਸਪੋਰਟਸਮੈਨ ਦੀ ਹੈ ਐਥਲੈਟਿਕਸ ਦੀ ਜਿਹੜੇ ਖਿਡਾਰੀ ਹੁੰਦੇ ਉਹਨਾਂ 'ਤੇ ਡੋਪ ਟੈਸਟਿੰਗ ਹੁੰਦੀ ਹੈ ਹਾਂਜੀ ਡੋਪ ਟੈਸਟਿੰਗ ਹੁੰਦੀ ਹੈ ਹਾਂਜੀ ਡੋਪ ਟੈਸਟ ਉਸ ਸਮੇਂ ਕੀ ਵੀ ਹੁੰਦਾ ਵੀ ਇਹਦਾ ਕੁਛ ਹੁੰਦਾ ਸੀਗਾ ਅਤੇ ਤੁਸੀਂ ਇਹਨੂੰ ਅੱਜ ਦੇ ਸੋਚ 'ਚ ਨਹੀਂ ਸੀ ਡੋਪ ਟੈਸਟਿੰਗ ਆਈ ਨਹੀਂ ਸੀ ਇਸ ਕਰਕੇ ਵੀ ਕਮਜ਼ੋਰੀ ਹੋ ਸਕਦੀ ਹੈ ਮੇਰੇ ਹਿਸਾਬ 'ਚ ਉਸ ਵਕਤ ਕਿਸੇ ਨੇ ਸੋਚਿਆ ਨਹੀਂ ਅਸੀਂ ਸੁਣਿਆ ਹੀ ਨਹੀਂ ਸੀ ਜੀ ਸਾਡੇ ਟਾਈਮ 'ਤੇ ਤਾਂ ਨਹੀਂ ਸੁਣਿਆ ਸਾਡੇ ਤੋਂ ਪਹਿਲਾਂ ਕਿਸੇ ਨੇ ਕੀ ਸੁਣਿਆ ਹੋਣਾ ਇਹ ਸਾਰਾ ਜਿਹੜਾ ਮਾਡਰਨ ਆਇਆ ਇਹ ਬਾਅਦ 'ਚ ਆਇਆ
ਦੇਖੋ ਜੀ ਜੋ ਸਟਾਰਟ ਕੀਤਾ ਈਸਟ ਜਰਮਨੀ ਨੇ ਈਸਟਰਨ ਯੂਰੋਪੀਅਨ ਕੰਟਰੀਜ਼ ਨੇ ਓਕੇ ਉਹਨਾਂ ਦੇ ਐਥਲੀਟਿਸ ਨੇ ਹਾਰਮੋਨਸ ਜਿਹੜੇ ਵੂਮਨ ਦੇ ਵਿਚਕਾਰ ਇਤਨੇ ਹਾਰਮੋਨਸ ਕਰਕੇ ਕਿ ਉਹ ਮਰਦ ਬਣ ਜਾਂਦੇ ਸਨ ਮੁੱਛਾਂ ਨਿਕਲਣੀ ਸ਼ੁਰੂ ਹੋ ਜਾਂਦੇ ਵਾਲ ਨਿਕਲਣੇ ਸ਼ੁਰੂ ਹੋ ਜਾਂਦੇ ਸਨ ਦਿਸ ਇਜ਼ ਵਾਟ ਹੈਪਨਡ ਐਂਡ ਫਿਊ ਆਫ ਦਮ ਡਾਈਡ ਈਸਟ ਜਰਮਨੀ ਦੇ ਪੋਲੈਂਡ ਦੇ ਉੱਥੇ ਜਿਹੜੇ ਈਸਟ ਜਿਹੜੇ ਈਸਟਰਨ ਯੂਰਪ ਤਦ ਇਹ ਫਿਰ ਪਕੜਿਆ ਗਿਆ ਕਿ ਕੀ ਹੋ ਰਿਹਾ ਕਿਉਂਕਿ ਹਾਰਮੋਨ ਜਿਹੜੇ ਸਨ ਉਹਦੇ ਮੈਨ ਦੇ ਹਾਰਮੋਨ ਅਤੇ ਨੈਚੁਰਲੀ ਜਿਹੜਾ ਮੈਨ ਖਾਏਗਾ ਤਾਂ ਉਹਦੇ ਵਿੱਚ ਪਾਰੀ ਹਾਰਮੋਨ ਦਾ ਤਾਂ ਕੁਝ ਇਨਹੈਂਸਮੈਂਟ ਹੋਏਗੀ ਨਾ ਜੀ ਜੀ ਸੋ ਇਟ ਇਜ਼ ਐਕਚੁਅਲੀ ਇੰਜੂਰੀਅਸ ਟੂ ਹੈਲਥ ਜੀ 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 ਅਤੇ ਯੂ ਕੈਨ ਡਾਈ ਆਲਸੋ ਤੋ ਇਟਸ ਗਲਤ ਹੈ ਕਿ ਇੱਕ ਬਾਹਰ ਦੀ ਚੀਜ਼ ਨੂੰ ਲੈ ਕੇ ਕਰਨਾ ਮੇਰੇ ਖਿਆਲ 'ਚ ਔਰ ਅਜੇ ਤੱਕ ਤਾਂ ਹਾਕੀ 'ਚ ਨਹੀਂ ਸੁਣਿਆ ਲੇਕਿਨ ਹੁੰਦਾ ਹੈ ਕਿ ਮਤਲਬ ਇਹ ਹੈ ਕਿ ਟੈਸਟਿੰਗ ਹੁੰਦੀ ਹੈ ਜਿਹੜਾ ਅੱਛਾ ਪਲੇਅਰ ਜ਼ਿਆਦਾ ਖੇਡੇ ਜਿਹੜਾ ਜ਼ਿਆਦਾ ਮਿਹਨਤ ਕਰੇ ਤਾਂ ਉਹਦੀ ਉਹ ਰੈਂਡਮ ਲੈ ਜਾਂਦੇ ਹੈ ਪਰ ਅੱਜ ਤੱਕ ਤਾਂ ਕੋਈ ਫੜਿਆ ਨਹੀਂ ਗਿਆ ਐਂਡ ਆਈ ਹੋਪ ਇਟ ਡਜ਼ਨਟ ਹੈਪਨ ਜੀ ਸੋ ਤੁਸੀਂ ਕਸਟਮ ਦੇ ਵਿੱਚ ਵੀ ਰਹੇ ਹੋ ਕਸਟਮ ਆਫਿਸਰ ਵੀ ਤੁਸੀਂ ਰਹੇ ਹੋ ਉੱਧਰ ਦਾ ਉੱਥੇ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਸੀਗਾ ਕਸਟਮ ਮੈਂ ਜੁਆਇਨ ਕੀਤਾ ਸੀ 1957 ਵਿੱਚ ਵੈਨ ਆਈ ਵੈਂਟ ਟੂ ਕੈਲਕਟਾ ਜੀ ਅਤੇ ਹਾਕੀ ਕਰਕੇ ਜੁਆਇਨ ਹੋਇਆ ਕਿਉਂਕਿ ਉਹਨਾਂ ਨੇ ਕਿਹਾ ਤੂੰ ਹਾਕੀ ਪਲੇਅਰ ਵਨ ਦੇ ਰਿਕਰੂਟਡ ਮੀ ਗੇਵ ਮੀ ਏ ਐਕਸਟਰਾ ਪ੍ਰਮੋਸ਼ਨ ਆਲਸੋ ਆਈ ਜੁਆਇਨਡ ਐਜ਼ ਅ ਗ੍ਰੇਡ 1 ਓਕੇ ਅਤੇ ਉਹਦੇ ਬਾਅਦ ਮੈਂ 9 ਸਾਲ ਰਿਹਾ ਕਲੋਡੀਅਸ ਆਈ ਵਾਸ ਫੋਰਚੂਨੇਟ ਕਲੋਡੀਅਸ ਕਸਟਮ ਸੀ ਤਾਂ ਉਹਦਾ ਕੁਲੀਗ ਰਿਹਾ ਉਹ 5-4 ਓਲੰਪਿਕ ਖੇਡਿਆ 3 ਓਲੰਪਿਕ ਗੋਲਡ ਮੈਡਲ ਇੱਕ ਸਿਲਵਰ ਮੈਡਲ ਅਤੇ ਉਹ ਮੇਰਾ ਕੁਲੀਗ ਸੀ 10 ਸਾਲ ਅਸੀਂ ਇਕੱਠੇ ਖੇਲੇ ਅਤੇ ਆਈ ਵਾਸ ਵੈਰੀ ਲੱਕੀ ਅਤੇ ਉੱਥੇ ਹਾਕੀ ਵੀ ਕਾਫੀ ਖੇਲੀ ਕਾਫੀ ਅੱਛੀ ਟੀਮ ਸੀ ਸਾਡੀ ਲੇਕਿਨ ਉਹਦੇ ਬਾਅਦ ਫਿਰ ਕੀ ਹੋਇਆ ਕਿ ਫਿਰ ਆਈ ਗੋਟ ਮੈਰਿਡ ਇਨ ਟੂ ਉਹ ਮੇਰੇ ਜਿਹੜੇ ਇਨਲਾ ਸੀ ਉਹ ਵੀ ਮੋਟਰ ਸਪੇਅਰ ਪਾਰਟਸ ਸੀ ਉਹਨਾਂ ਨੇ ਕਿਹਾ ਨੌਕਰੀ ਛੱਡ ਦਿਓ ਜੀ ਉਹ ਫਿਰ ਤੁਸੀਂ ਮੈਂ ਤਾਂ ਦੱਸਾਂ ਕਿ ਤੁਸੀਂ ਹੈਰਾਨ ਹੋ ਗਏ ਕਿ ਜੋ ਐਨ ਆਈ ਜੁਆਇੰਟ ਕਸਟਮ ਐਟ ਦੈਟ ਟਾਈਮ ਉਸ ਲਈ ਮੈਨੂੰ ਜੁਆਇਨ ਕੀਤਾ 180 ਰੁਪੀਸ ਬੇਸਿਕ ਓਕੇ 400 ਰੁਪਏ ਤਨਖਾਹ ਮਿਲਦੀ ਸੀ ਆਈ ਟਾਕ ਅਬਾਊਟ 1957 ਜੀ ਅਤੇ ਜਿਹੜੀ ਅੱਜ ਸ਼ਾਇਦ ਹੋ ਸਕਦਾ ਜੁਆਇਨ ਕਰ ਲੇਗਾ 40,000 ਮਿਲਦੀ ਹੋਣੀ ਹੈ ਜੀ ਅਤੇ ਟੋਟਲ ਓਵਰ ਟਾਈਮ ਵਗੈਰਾ ਹੋ ਕੇ 500-600 ਬਟ 500 ਵਾਸ ਗੁੱਡ ਅਮਾਊਂਟ ਐਟ ਦੈਟ ਟਾਈਮ ਲੇਕਿਨ ਉਹ ਆ ਕਿ ਉਹਨਾਂ ਕਿਹਾ ਮੋਟਰ ਪਾਰਟਸ ਚਾਹੇ ਵੀ ਠੀਕ ਹੈ ਵੀ ਉਸ ਬਿਜ਼ਨਸ ਵਾਸ ਬਲੂਮਿੰਗ ਐਂਡ ਦੇ ਵਾਂਟਡ ਮੀ ਟੂ ਰਿਜ਼ਾਈਨ ਸੋ ਆਈ ਰਿਜ਼ਿਸਟਡ ਮੈਂ ਕਿਹਾ ਮੈਂ ਓਲੰਪਿਕ ਹਾਕੀ ਖੇਡਣੀ ਹੈ ਅਤੇ ਵਨਸ ਆਈ ਵੈਂਟ ਟੂ 64 ਓਲੰਪਿਕਸ ਆਈ ਵਨ ਦਾ ਓਲੰਪਿਕ ਗੋਲਡ ਮੈਡਲ ਉਹਦੇ ਬਾਅਦ ਉਹਨਾਂ ਨੇ ਫਿਰ ਇਨਸਿਸ ਕੀਤਾ ਕਿ ਹੁਣ ਤਾਂ ਤੂੰ ਓਲੰਪਿਕ ਗੋਲਡ ਮੈਡਲ ਆ ਗਿਆ ਲੈ ਕੇ ਅਤੇ ਹੁਣ ਤੇਰਾ ਐਂਬੀਸ਼ਨ ਪੂਰੀ ਹੋ ਗਈ ਰਿਜ਼ਾਈਨ ਸੋ ਮੈਂ 65 'ਚ ਰਿਜ਼ਾਈਨ ਕਰਤਾ ਜੀ ਤਾਂ ਆਈ ਵਾਸ 9 ਮਹੀਨੇ ਮੈਂ ਛੁੱਟੀ 'ਤੇ ਰਿਹਾ ਜੀ ਫਰੋਮ ਜਨਵਰੀ ਟੂ ਸੈਪਟੈਂਬਰ ਮੈਂ ਛੁੱਟੀ 'ਤੇ ਰਿਹਾ ਆਈ ਵਾਸ ਗੋਇੰਗ ਟੂ ਦਾ ਸ਼ਾਪ ਮੈਂ ਲਾਂਗ ਲੀਵ ਲੈ ਲਈ ਉਹਦੇ ਬਾਅਦ ਮੈਂ ਸੈਪਟੈਂਬਰ 'ਚ ਫਿਰ ਮੈਂ ਛੱਡਤੀ ਨੌਕਰੀ ਐਂਡ ਆਈ ਜੁਆਇਨ ਬਿਜ਼ਨਸ ਅਗੇਨ ਜੀ ਦਿਸ ਇਜ਼ ਆਲ ਮੈਂ ਪੜ੍ਹਦਾ ਸੀ ਤੁਸੀਂ ਸਰਚ ਆਪਰੇਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਸਮਗਲਿੰਗ ਫੜੀ ਸੀਗੀ ਸਾਡਾ ਗਰੁੱਪ ਸੀ ਸਰਚਿੰਗ ਸਕੁਆਡ ਹੁੰਦਾ ਸੀ ਉਹਦੇ ਵਿਚਕਾਰ ਯੂਜ਼ ਟੂ ਗੋ ਟੂ ਦਾ ਸ਼ਿਪ ਉਹ ਕਰਕੇ ਚਾਈਨੀਜ਼ ਸ਼ਿਪ ਆਉਂਦੇ ਸੀ ਕੰਟਰੋਲ ਬਾਈ ਦ ਚਾਈਨੀਜ਼ ਆਲ ਦਾ ਕਰੂ ਯੂਜ਼ ਟੂ ਬੀ ਚਾਈਨੀਜ਼ ਅਤੇ ਉਹ ਉਸਦੇ ਮੇਨ ਸਮਗਲਿੰਗ ਗੋਲਡ ਦੀ ਹੁੰਦੀ ਸੀ ਉਸ ਉਹਦੇ 'ਚ ਕਿ ਨਾ ਸ਼ਿਪ ਦੇ ਵਿਚਕਾਰ ਅਤੇ ਉੱਥੇ ਸਾਡਾ ਜਿਹੜਾ ਗਰੁੱਪ ਸੀ ਸਾਡੇ ਗਰੁੱਪ ਵੀ ਕਾਟ ਦੈਟ ਉਹ ਬੰਕਰ ਦੇ ਵਿਚਕਾਰ ਉਹਨਾਂ ਨੇ ਬੈਂਚ ਸੀ ਉਹਦੇ ਪਿੱਛੇ ਕਰਕੇ ਛੁਪਾਇਆ ਸੀ ਉੱਥੋਂ ਕੱਢੀ ਉਸਨੇ ਤਾਂ ਜ਼ਿਆਦਾ ਉਹ ਵੀ ਨਹੀਂ ਸੀ ਪਤਾ ਨਹੀਂ ਸੀ ਲੱਗਦਾ ਬਟ ਐਨੀਵੇ ਇਟ ਵਾਸ ਅਬਾਊਟ 7 ਮਣ ਅਤੇ ਅਬਾਊਟ ਦੈਟ ਵਾਰ ਅਤੇ ਇਟ ਵਾਸ ਬਾਰ ਵਰ ਕਾਟ ਐਂਡ ਦੈਨ ਵੀ ਵਰ ਰਿਵਾਰਡਿਡ ਆਲਸੋ ਓਕੇ ਲੇਕਿਨ ਹੁਣ ਦੇ ਰਹੇ ਆ ਬਹੁਤ ਅੱਛੀ ਚੀਜ਼ ਹੈ ਹੁਣ ਮੇਰੇ ਖਿਆਲ ਓਲੰਪਿਕ ਗੋਲਡ ਮੈਡਲ 'ਤੇ 1-2 ਕਰੋੜ ਦਾ ਕੀਤਾ ਉਹਨਾਂ ਨੇ ਸਿਲਵਰ ਮੈਡਲ 'ਤੇ ਵੀ ਹੈ ਔਰ ਸਟੇਟਾਂ ਦੇ ਦੀਆਂ ਔਰ ਸਟੇਟ ਮੈਂ ਇੱਕ ਚੀਜ਼ ਮੈਨੂੰ ਦੁੱਖ ਲੱਗਦਾ ਹੈ ਕਿ ਹੁਣ ਮੈਂ ਇਹ ਨਹੀਂ ਪੁਆਇੰਟ ਆਊਟ ਕਰ ਰਿਹਾ ਕਿ ਕਿਉਂ ਦਿੱਤਾ ਲੇਕਿਨ ਸਾਡੇ ਅਸੀਂ ਆਊਟ ਆਫ ਮਾਇੰਡ ਚਲੇ ਜਾਂਦੇ ਹਾਂ ਆਊਟ ਆਫ ਬਾਊਂਡ ਚਲੇ ਜਾਂਦੇ ਹਾਂ ਕਿ ਪਾਗਲ ਹੋ ਜਾਂਦੇ ਹਾਂ ਕਿ 7 ਕਰੋੜ 8 ਕਰੋੜ ਕਰਕੇ ਜੀ ਗੱਡੀਆਂ ਦੇ ਰਹੇ 7 ਕਰੋੜ ਦੇ ਰਹੇ ਮੈਂ ਸਮਝਦਾ ਗੌਰਮੈਂਟਾਂ ਦੇਣ ਅੱਛਾ ਦੇਣ 1-2 ਕਰੋੜ 3 ਕਰੋੜ ਦਿਓ 3 ਕਰੋੜ ਜੇ ਤੁਸੀਂ ਹੋਰ ਦੇਣਾ ਤੁਸੀਂ ਕਿਉਂ ਇਹ 3 ਕਰੋੜ ਅਸੀਂ ਨਵਾਂ ਪਲੇਅਰ ਪੈਦਾ ਕਰ ਦਿੰਦੇ ਹਾਂਗੇ ਉਸ 'ਤੇ ਖਰਚ ਕਰਾਂਗੇ ਗਿਵ ਨਿਊ ਫੈਸਿਲਿਟੀਜ਼ ਟੂ ਦਾ ਨਿਊ ਪਲੇਅਰਸ ਉਤਨਾ 3-4 ਕਰੋੜ ਤੁਸੀਂ 7 ਕਰੋੜ ਦੇਣਾ ਨਾ 3-4 ਕਰੋੜ ਜਿਹੜਾ ਪਲੇਅਰ ਲੈ ਕੇ ਆਇਆ ਉਹਨੂੰ ਦਿਓ ਮਤਲਬ ਕੋਈ ਇੱਕ ਹੋਰ ਪਲੇਅਰ ਇੱਦਾਂ ਦਾ ਪੈਦਾ ਕਰੇ ਉਹ ਨਹੀਂ ਉਹਦੇ ਬਾਅਦ ਤੁਸੀਂ ਹੋਰ ਤਿਆਰ ਕਰਨ ਵਿੱਚ 10 ਪਲੇਅਰ 15 ਪਲੇਅਰ ਤਾਂ ਹੋਰ ਖਰਚਾ ਕਰੋ ਓਕੇ ਔਨ ਦਾ ਯੰਗਸਟਰਸ ਉਹਨਾਂ ਦੀ ਟ੍ਰੇਨਿੰਗ ਉਹਨਾਂ ਨੂੰ ਬਾਹਰ ਭੇਜੋ ਉਹਨਾਂ ਦੀ ਟ੍ਰੇਨਿੰਗ 'ਤੇ ਖਰਚਾ ਕਰੋ
ਤੁਸੀਂ ਤੁਸੀਂ ਉਹ ਆਪਣਾ ਪੈਦਾ ਹੋਇਆ ਉਹਨੇ ਲੈ ਕੇ ਆ ਗਿਆ ਆਪਣੇ ਮਾਂ ਪਿਓ ਦੇ ਥਰੂ ਆ ਗਿਆ ਉਹਨਾਂ ਤੁਹਾਡਾ ਕੀ ਯੋਗਦਾਨ ਹੈ ਉਹਦੇ 'ਚ ਤੁਸੀਂ ਉਹਨੂੰ ਕਰਕੇ ਤੁਸੀਂ ਉਹਨੂੰ ਕਿਉਂਕਿ ਇਟ ਇਜ਼ ਸੈਲਫ ਗਲੋਰੀ ਯੂ ਆਰ ਵਾਂਟ ਟੂ ਹੈ ਨਾ ਰਿਫਲੈਕਟਡ ਗਲੋਰੀ ਦੇ ਵਿਚਕਾਰ ਮੈਂ ਨਾਂ ਨਹੀਂ ਲਵਾਂ ਹੁਣ ਚੀਫ ਮਿਨਿਸਟਰ ਆਇਆ ਉਹ ਦੇ ਰਿਹਾ ਖੜਾ ਹੋ ਕੇ ਜੀ ਮੈਂ ਇਹਨੂੰ 3 ਕਰੋੜ ਦੇਤਾ ਉਹਨੂੰ ਜੀ 2 ਕਰੋੜ ਦੇਤਾ ਉਹਨੂੰ ਗੱਡੀ ਦੇਤੀ ਅਰੇ ਠੀਕ ਹੈ ਦਿਓ ਉਹਨਾਂ ਨੂੰ ਗਿਵ ਦਮ ਐਨਫ ਦੇ ਡਿਜ਼ਰਵ ਇਟ ਲੇਕਿਨ ਐਟ ਦਾ ਸੇਮ ਟਾਈਮ ਵਾਟ ਆਰ ਯੂ ਡੂਇੰਗ ਫੋਰ ਦਾ ਨੈਕਸਟ ਜਨਰੇਸ਼ਨ ਨਵਾਂ ਪੈਦਾ ਕਰਨ ਲਈ ਤੁਸੀਂ ਕਿੰਨਾ ਖਰਚ ਮਤਲਬ ਭਰਿਆਂ ਨੂੰ ਰਜਾਈ ਜਾਓ ਭੁੱਖਿਆਂ ਨੂੰ ਪੁੱਛਣਾ ਨਹੀਂ ਹਾਂ ਉਹਨਾਂ ਨੂੰ ਦਿਓ ਨਾ ਤਿਆਰ ਕਰਨ ਵਾਲਿਆਂ ਨੂੰ ਜਿਹੜੇ ਨਏ ਆ ਰਹੇ ਆ ਹੁਣ ਸਕੀਮਾਂ ਕਈ ਆ ਰਹੀਆਂ ਨਵੀਂ ਸੈਂਟਰਲ ਗੌਰਮੈਂਟ ਨੇ ਵੀ ਸ਼ੁਰੂ ਕੀਤੀ ਹੈ ਖੇਲੋ ਇੰਡੀਆ ਹੋਰ ਵੀ ਕਈ ਸਕੀਮਾਂ ਆ ਰਹੀਆਂ ਲੈਟਸ ਹੋ ਉਸ 'ਚ ਨਵੇਂ ਨਵੇਂ ਪਲੇਅਰ ਨਿਕਲਣਗੇ ਬਰਾਡ ਬੇਸ ਕਰਕੇ ਜੀ ਸੋ ਮੇਰਾ ਆਖਰੀ ਕੁਐਸਚਨ ਸਰ ਵਾਟ ਡਰਾਈਵਸ ਯੂ ਟੂ ਰਾਈਟ ਦਿਸ ਆਟੋਬਾਇਓਗ੍ਰਾਫੀ ਕੀ ਸੀ ਨੇ ਤੁਹਾਨੂੰ ਟ੍ਰਿਗਰ ਕੀਤਾ ਦੇਖੋ ਮੈਂ ਸਮਝਦਾ ਕਿ ਹਰ ਇੱਕ ਪਲੇਅਰ ਦਾ ਜੀ ਜ਼ਿਆਦਾ ਪਲੇਅਰ ਦਾ ਹਰ ਗੇਮ ਦੇ ਵਿਚਕਾਰ ਜੀ ਇਹ ਫਰਜ਼ ਕਿ ਕੁਛ ਨਾ ਕੁਛ ਆਪਣੇ ਐਰਾ ਦੇ ਬਾਰੇ 'ਚ ਲਿਖੇ ਜੀ ਮੈਂ ਸਮਝਦਾ ਮੈਂ ਕੁਛ ਆਦਤ ਸੀ ਕਿ ਜਿੰਨੀਆਂ ਮੇਰੀ ਕਟਿੰਗਸ ਹੁੰਦੀਆਂ ਸੀ ਉਸ ਟਾਈਮ 'ਚ ਮੇਰੇ ਕਾਲਜ ਦੇ ਟਾਈਮ ਦੀ ਓਕੇ ਜਿਹੜੇ ਮੈਂ ਪਹਿਲੀ ਵਾਰੀ ਇੱਥੇ ਦਿੱਲੀ ਖੇਲਿਆ 1955 ਦੇ ਵਿਚਕਾਰ ਮੈਂ ਮੇਰਠ ਤੋਂ ਆਈ ਰਿਪ੍ਰੈਜੈਂਟਿਡ ਧਿਆਨ ਚੰਦ ਟੀਮ ਉਹਨਾਂ ਨੇ ਮੈਂ ਕਿਹਾ ਕਿ ਤੂੰ ਸਾਡੇ ਵੱਲੋਂ ਖੇਲ ਫਰੋਮ ਪੰਜਾਬ ਐਡਮਿੰਟਲ ਸੈਂਟਰ ਅਗੇਂਸਟ ਸਰਦਾਰ ਬਲਬੀਰ ਸਿੰਘ ਟੀਮ ਉਹ ਕਟਿੰਗ ਮੇਰੇ ਕੋਲ ਅਜੇ ਵੀ ਪਈ ਹੈ ਕਿ ਯੂ ਕੈਨ ਇਮੈਜਿਨ ਕਿ 55 ਦੀ ਕਟਿੰਗਸ ਮੇਰੇ ਕੋਲ ਅਜੇ ਤੱਕ ਸਾਰੀਆਂ ਆਪਣੀਆਂ ਆਈ ਯੂਸ ਟੂ ਕਲੈਕਟ ਆਲ ਦਾ ਕਟਿੰਗਸ ਆਲ ਦਾ ਫੋਟੋਗ੍ਰਾਫਸ ਮੈਨੂੰ ਫੋਟੋਗ੍ਰਾਫੀ ਦਾ ਵੀ ਸ਼ੌਕ ਸੀ ਬਚਪਨ ਤੋਂ ਵੀ ਕੈਮਰਾ ਹੈ ਸੀ ਤੋ ਮੈਂ ਉਹ ਫੋਟੋ ਵੀ ਲੈਂਦਾ ਸੀ ਆਪ ਸਾਰੀਆਂ ਤੋ ਉਹ ਇਕੱਠੀਆਂ ਹੁੰਦੀਆਂ ਰਹੀਆਂ ਵਿਦ ਨੋ ਇੰਟੈਂਸ਼ਨ ਕਿ ਮੈਂ ਲਿਖਾਂ ਨਾ ਡਾਇਰੀ ਵੀ ਮੈਂ ਲਿਖਦਾ ਸੀ ਮੈਂ ਡਾਇਰੀ ਜਿਹੜੇ ਹਰ ਟੂਰ 'ਤੇ ਮੈਂ ਨਾਲ ਲੈ ਕੇ ਜਾਣੀ ਲੋਕਲ ਤਾਂ ਘੱਟ ਲਿਖਦਾ ਸੀ ਲੇਕਿਨ ਡਾਇਰੀ ਮੈਂ ਆਈ ਯੂਸ ਟੂ ਕੀਪ ਦ ਡਾਇਰੀ ਔਨ ਦਾ ਫੋਰਨ ਟੂਰ ਆਈ ਸਟਾਰਟਡ ਫਰੋਮ 61 ਨਿਊਜ਼ੀਲੈਂਡ ਟੂਰ ਉਹ ਸਾਰੇ ਕਰਕੇ ਅਤੇ ਸਭ ਮਟੀਰੀਅਲ ਵਰਤਦੇ ਆ ਆਈ ਵਾਜ਼ ਥਿੰਕਿੰਗ ਚਾਹਤ ਹੈ ਸੀ ਕਿ ਮੈਂ ਕੁਝ ਅਗਰ ਲਿਖ ਸਕਾਂ ਤਾਂ ਬਟ ਡਿਫੀਕਲਟ ਟਾਸਕ ਆਈ ਟਰਾਈਡ ਫਿਰ ਮੇਰਾ ਉੱਥੇ ਮੈਨੂੰ ਇੱਕ ਮੌਕਾ ਇਹ ਲੱਗਿਆ ਕਿ ਉੱਥੇ ਬੰਗਾਲੀ ਪੇਪਰ ਸੀ ਖੈਲਾ ਕਰਕੇ ਉਹਨੇ ਮੇਰੀ ਇੱਕ ਹਰ ਹਫ਼ਤੇ ਆ ਕੇ ਮੇਰਾ ਲਿਖਣਾ ਸ਼ੁਰੂ ਕੀਤਾ ਅੱਜ ਤੋਂ 20 ਸਾਲ ਪਹਿਲੇ ਮੈਂ ਬੁਲਬੁਲ ਆ ਗਿਆ ਉਹਨੇ ਸਾਰਾ ਮੇਰੀ ਲਾਈਫ ਦਾ ਪੂਰਾ ਇੱਕ ਹਫ਼ਤੇ ਆ ਕੇ ਸ਼ੁਰੂ ਕੀਤਾ ਮੇਰੇ ਬਚਪਨ ਤੋਂ ਲੈ ਕੇ ਉਹ ਸਾਰਾ ਕੀਤਾ ਉਹਨੇ ਲਿਖਿਆ ਬਟ ਫਿਰ ਮੈਂ ਆਈ ਵਾਜ਼ ਲੁਕਿੰਗ ਫਾਰ ਲਾਸਟ 5-6 ਈਅਰਸ ਕਿ ਮੈਂ ਕਿਹਾ ਮੈਂ ਲਿਖਾਂ ਆਈ ਗਾਟ ਐਨਕਰੇਜਮੈਂਟ ਫਰੋਮ ਮਾਈ ਚਿਲਡਰਨ ਆਲਸੋ ਕਿ ਆਈ ਸ਼ੁਡ ਰਾਈਟ ਸਮਥਿੰਗ ਬਟ ਬਹੁਤ ਵਾਰੀ ਟਰਾਈ ਕੀਤਾ 2 ਵਾਰੀ ਟਰਾਈ ਕੀਤਾ ਇੱਕ ਬੰਦਾ ਸੀ ਫਰੋਮ ਬੈਂਗਲੋਰ ਸਰਦਾਰ ਜੀ ਸਨ ਉਹ ਆਏ 2 ਵਾਰੀ ਉਹ ਫਿਰ ਫੇਲ ਕਰ ਗਏ ਦੈਨ ਆਈ ਟਰਾਈਡ ਮਾਈ ਸੈਲਫ ਕਿ ਲੇਕਿਨ ਅਲਟੀਮੇਟਲੀ ਕੀ ਹੋਇਆ ਕਿ ਇੱਕ ਉੱਥੋਂ ਮੇਰੇ ਦੋਸਤ ਸਨ ਕਿ ਨਾ ਸੁਬਰਤੋ ਸਰਕਾਰ ਉਹ ਮੈਨੂੰ ਕੋਈ 20-25 ਸਾਲ ਦੇ 30 ਸਾਲ ਦੇ ਬਾਅਦ ਉਹ ਇੰਗਲੈਂਡ ਚਲਾ ਗਿਆ ਸੀ ਵਾਪਸ ਆਇਆ ਅਤੇ ਉਹਦੀ ਮੈਨੂੰ ਫੋਨ ਆਈ ਕੋਈ 4 ਸਾਲ ਪਹਿਲੇ ਕਿ ਮੇਰੀ ਬੇਟੀ ਨੇ ਦਿੱਲੀ ਸਰਦਾਰ ਫੈਮਿਲੀ ਨਾਲ ਸਰਦਾਰ ਨਾਲ ਸ਼ਾਦੀ ਕੀਤੀ ਹੈ ਅਤੇ ਮੇਰਾ ਜਿਹੜਾ ਮੈਂ ਇੱਥੇ ਉਹਦੀ ਰਿਸੈਪਸ਼ਨ ਕਰਨੀ ਹੈ ਤਾਂ ਆਈ ਥੋਟ ਆਫ ਯੂ ਕਿ ਤੂੰ ਆ ਆਪਣੀ ਵਾਈਫ ਨੂੰ ਲੈ ਕੇ ਕਿ ਉਹ ਸਰਦਾਰ ਵੀ ਆਣ ਕੇ ਉੱਥੇ ਫੈਮਿਲੀ ਆਏਗੀ ਕਿ ਤੁਸੀਂ ਤੂੰ ਯੂ ਪਾਰਟ ਆਫ ਦਾ ਰਿਸੈਪਸ਼ਨ ਮੈਂ ਕਿਹਾ ਮੈਂ ਆ ਜਾਵਾਂਗਾ ਮੈਂ ਚਲਾ ਗਿਆ ਇਹ ਕੋਈ 3 ਸਾਲ ਪਹਿਲੇ ਦੀ ਗੱਲ ਹੈ ਤਿੰਨ ਚਾਰ ਸਾਲ ਪੁਰਾਣੀ ਗੱਲ ਹੈ ਅਤੇ ਉਹਨੇ ਕਿਹਾ ਮੈਂ ਉੱਥੇ ਚਲਾ ਗਿਆ ਉਹ ਜਾ ਕੇ ਗੱਲਾਂ ਬਾਤਾਂ 'ਚ ਉਹ ਗੱਲ ਕਰ ਰਿਹਾ ਕਹਿੰਦਾ ਤੂੰ ਲਿਖਦਾ ਕਿਉਂ ਨਹੀਂ ਹੀ ਜਸਟ ਕੈਜੂਲੀ ਮੈਨਸ਼ਨ ਮੈਂ ਕਿਹਾ ਯਾਰ ਵਸੀਲਾ ਨਹੀਂ ਬਣ ਰਿਹਾ ਕਹਿੰਦਾ ਓਕੇ ਵੀ ਜਾਇਨ ਇੱਕ ਹੋ ਗਿਆ ਨਾਲ ਫਿਰ ਵੀ ਹੀ ਵਾਜ਼ ਟਰਾਈਂਗ ਹੀ ਨਿਊ ਸੰਬਡੀ ਇਨ ਬੰਬੇ ਇੱਕ ਪਬਲਿਸ਼ਰ ਸੀ ਮੈਂ ਨਾਂ ਨਹੀਂ ਲਵਾਂਗਾ ਉਹਦੇ ਨਾਲ ਟਰਾਈ ਕੀਤਾ ਉਹਨੂੰ ਟਰਾਈ ਕਰਦਾ ਰਿਹਾ ਉਹ ਆਏਗਾ ਨਹੀਂ ਆਇਆ ਫਿਰ ਕਿਹਾ ਜੀ 2 ਮਹੀਨੇ ਬਾਅਦ ਆਏਗਾ ਕੁਛ 6 ਮਹੀਨੇ 8 ਮਹੀਨੇ ਨਿਕਲ ਗਏ ਆਏਗਾ ਦੈਨ ਅਲਟੀਮੇਟਲੀ ਆਲ ਸਪੋਰਟਸ ਸ਼੍ਰਣਕ ਸ਼ੇਟ ਮੇਰਾ ਦੋਸਤ ਹੈ ਮੈਨੂੰ ਨਹੀਂ ਸੀ ਪਤਾ ਕਿ ਪਬਲਿਸ਼ਰ ਪਬਲਿਸ਼ ਵੀ ਕਰਦੇ ਆ ਇਹਨੇ ਆਪਣੀ ਕਿਤਾਬ ਪਬਲਿਸ਼ ਕੀਤੀ ਸੀ ਮੇਰੀ ਨਾਲੇਜ ਤੋਂ ਬਾਹਰ ਸੀ ਇਹਨੇ 83 'ਤੇ ਜਿਹੜੇ ਵਰਲਡ ਕੱਪ ਹੋਇਆ ਸੀ ਸਾਰੀਆਂ ਫੋਟੋਗ੍ਰਾਫ ਕ੍ਰਿਕਟ ਦੀਆਂ ਇਹਨੇ ਇੱਕ ਬੜੀ ਅੱਛੀ ਕਿਤਾਬ ਇਸੀ ਲੈਵਲ ਦੀ ਇਸ ਤੋਂ ਮੋਟੀ ਕਿਤਾਬ ਇਹਨੇ ਪਬਲਿਸ਼ ਕੀਤੀ ਸੀ ਐਂਡ ਇਟ ਵਾਜ਼ ਵੈਲ ਟੇਕਨ ਅਪ ਬਾਈ ਆਲ ਦ ਈਵਨ BCCI ਬਾਟ ਅਬਾਊਟ 200 ਕਾਪੀਜ਼ ਅਤੇ ਉਹ ਕਹਿਣਾ ਅਰੇ ਆਪ ਇਹ ਕਰਨਾ ਚਾਹਤੇ ਹੋ ਤਾਂ ਹਮ ਕਰੇਂਗੇ ਵਿਲ ਡੂ ਇਟ ਮੈਂ ਕਰਤਾ ਹੂੰ ਇਸਕੋ ਉਹ ਤੀਸਰਾ ਪਬਲਿਸ਼ਰ ਵੀ ਮਿਲ ਗਿਆ ਉਹ ਵੀ ਨਾਲ ਤੋਂ ਦਿਸ ਵਾਜ਼ ਵਿਥ ਹੀ ਜਾਇੰਟ ਦੈਨ ਇਟ ਕੇਮ ਆਊਟ ਇਨ 1 ਈਅਰਸ ਟਾਈਮ ਕਿ ਉਹਦੇ ਕੋਲ ਆਰਟਿਸਟ ਵੀ ਹੈ ਸੀ ਐਵਰੀਥਿੰਗ ਹੀ ਹੈਡ ਅਤੇ ਮੈਂ ਫਿਰ ਉਹਦੇ ਮੈਂ ਲਿਖਣਾ ਸ਼ੁਰੂ ਕੀਤਾ ਆਈ ਸਟਾਰਟਡ ਸੋ ਉਹਦਾ ਜਿਹੜਾ ਸੀਰੀਅਲ ਵਾਈਜ਼ ਕਿਸ ਤਰ੍ਹਾਂ ਕਰਨਾ ਉਹ ਤਾਂ ਕੰਮ ਸੁਬਰਦੋ ਦਾ ਸੀ ਕਿ ਬਈ ਹੀ ਸਟਾਰਟਡ ਵਿਦ ਓਲੰਪਿਕ ਫਸਟ ਸੋ ਦੈਟ ਇਜ਼ ਐਨ ਆਰਟਿਸਟ ਜੋਬ ਹਾਊ ਟੂ ਡੂ ਇਟ ਉਹ ਫੋਟੋਗ੍ਰਾਫ ਹੈ ਜੀ ਬਹੁਤ ਸੋਹਣੀ ਤੁਸੀਂ ਡਿਜ਼ਾਈਨ ਕਰਵਾਈ 67 ਫੋਟੋਗ੍ਰਾਫ ਓਕੇ 1967 ਦੀ ਮੇਰੀ ਜੀ
So this is how it started. Ji. And I think my ambition is fulfilled. Ji. And I think it's important. I have tried in my own way, but now I find that shayad ho sakda hai is to double material reh gaya. Okay. And it was not possible because isko double material reh gaya. Ji. Jo ki main hun sochda ki wo bhi aa sakda si, ye bhi aa sakda si. Ji. But anyway, most of it is there. So, thoughty family which who is following your footstep? Ki wo bhi sports de vich aan? Unfortunately, meri family de vichkar mere level te to koi bhi nahi aaya. Ji. Because actually mere bete nu hi betiyan te padhai ch busy rahiyan, then they got married. Three are in America. Okay. One is in Chennai. They were married by three grandchildren. Two okay. granddaughters in America. Wo marriage ho gayi si gaye sa. Te ਜਿਹੜਾ ਬੇਟਾ ਸੀ ਉਹਦੀ ਵੀ ਅਨਕਾ ਲੱਗ ਗਿਆ ਸਰ ਓਕੇ ਸ਼ੁਰੂ ਤੋਂ ਬਚਪਨ ਤੋਂ ਹੀ ਜੀ ਤੇ ਹੀ ਵਾਜ਼ ਡਿਸੈਂਟ ਟੈਨਿਸ ਪਲੇਅਰ ਵੈਰੀ ਆਨੈਸਟਲੀ ਆਈ ਵਿਲ ਕਮ ਟੂ ਦੈਟ ਆਲਸੋ ਇਟਸ ਵੈਰੀ ਇੰਪੋਰਟੈਂਟ ਪੁਆਇੰਟ ਅਸੀਂ ਮਿਸ ਕੀਤਾ ਸਪੋਰਟਸਮੈਨ ਐਂਡ ਜੈਸ ਕਿਉਂ ਨਹੀਂ ਮਰਦੇ ਜੀ ਉਹ ਹੀ ਵਾਜ਼ ਇਨ ਟੂ ਨਾਟ ਲੈਂਡਰ ਲੈਂਡਰ ਪੇਸ ਜਿਹੜਾ ਮੇਰੇ ਹੱਥਾਂ 'ਚ ਪੈਦਾ ਹੋਇਆ ਜੀ ਕਿਉਂਕਿ ਵੈਸਟ ਪੇਸ ਅਸੀਂ 30 ਸਾਲ ਇਕੱਠੇ ਖੇਲੇ ਹਾਂ ਉਹਦਾ ਫਾਦਰ ਡਾਕਟਰ ਪੇਸ ਜਿਹੜਾ ਓਕੇ ਅਸੀਂ ਇਕੱਠੇ ਇੱਕੋ ਟੀਮ 'ਚ ਖੇਲੇ ਹੀ ਡਾਕਟਰ ਪੇਸ ਮੇਰੇ ਕੋਲ ਆਇਆ When he was in college, he had not joined a doctor. Ajay admission bhi nahi si, doctor se nahi chale jone. Okay. 1966 mere ko aaya. Meri kaptani ch gaya utthe ki na Hamburg. Ji. Then 68 he missed, then he made 72 Olympics. But we played together, Mohan Bagan, aur assi 30 saal katha khele. Ji. Te lander pe paida hoya saade naal hi matlab roz aake chota ja khelda si saade naal hockey football khelda si. Matlab good hockey player football player. Ji. ਅਤੇ ਮੈਂ ਉਹ ਦੱਸ ਰਿਹਾ ਸੀ ਕਿ ਇਹਨੂੰ ਐਨਕਾਂ ਲੱਗ ਗਈਆਂ ਔਰ ਮੇਰਾ ਬੇਟਾ ਹੀ ਵਾਜ਼ ਗੁੱਡ ਟੈਨਿਸ ਪਲੇਅਰ ਹੀ ਵਾਜ਼ ਇਨ ਏਜ ਗਰੁੱਪ ਉਹ 8-10 ਸਾਲ ਦੀ ਏਜ ਗਰੁੱਪ 12 ਸਾਲ ਦੀ ਏਜ ਗਰੁੱਪ ਵਿੱਚ ਹੀ ਵਾਜ਼ ਅਮੰਗ ਦਾ ਫਸਟ 5-6 ਇਨ ਬੰਗਾਲ ਜੀ ਲੇਕਿਨ ਜਿਹੜੇ 10ਵੀਂ 'ਚ ਆਇਆ ਤਾਂ ਆਈ ਹੈਡ ਟੂ ਟੇਕ ਅ ਡਿਸੀਜਨ ਕਿ ਇਹ ਲੈਂਡਰ ਪੇਸ 'ਤੇ ਬਣ ਨਹੀਂ ਸਕਦਾ ਓਕੇ ਆਈ ਹੈਵ ਟੂ ਟੇਕ ਅ ਡਿਸੀਜਨ ਅਤੇ ਕੈਰੀਅਰ ਹੈ ਕਿ ਫੁੱਲ ਉਹ ਕਰਕੇ ਕਿੱਥੇ ਜਾਏਗਾ ਟੈਨਿਸ ਦਾ ਅਗਰ ਬਣ ਨਹੀਂ ਸਕਦਾ ਹਾਕੀ ਵੀ ਨੇ ਖੇਲੀ ਨਹੀਂ ਜਾਂ ਹਾਕੀ 'ਚ ਵੀ ਨਹੀਂ ਜਾ ਸਕਦਾ ਤੋ ਹੀ ਵਾਜ਼ ਅ ਗੁੱਡ ਸਟੂਡੈਂਟ ਓਕੇ ਅਤੇ ਹੀ ਸੈਟ ਫੋਰ ਦਾ ਐਗਜ਼ਾਮ ਫੋਰ ਦਾ ਆਈ ਆਈ ਟੀ ਵਾਂਟਡ ਟੂ ਬਿਕਮ ਐਨ ਇੰਜੀਨੀਅਰ ਉਹ ਪੇਪਰ ਲੀਕ ਹੋ ਗਏ ਓਕੇ ਇਹਨੂੰ ਮੈਂ ਦੁਬਾਰਾ ਕਹਿੰਦਾ ਹੁਣ ਪਾਪਾ ਹੁਣ ਮੈਂ ਬੈਠਾਂਗਾ ਨਹੀਂ ਦੈਨ ਵੀ ਕੇਮ ਹੇਅਰ ਆਈ ਇਹਨੂੰ ਐਡਮਿਸ਼ਨ ਮਿਲ ਗਈ ਇੱਥੇ ਰੁੜਕੀ ਕਹਿੰਦਾ ਮੈਂ ਸਿਵਲ ਇੰਜੀਨੀਅਰਿੰਗ ਸਿਵਲ 'ਚ ਮਿਲੀ ਬਟ ਦੈਨ ਹੀ ਗੋਟ ਐਡਮਿਸ਼ਨ ਟੂ ਸੈਂਟ ਸਟੈਫਨ ਦਿੱਲੀ ਓਕੇ ਸੋ ਹੀ ਡਿਡ ਇਜ ਮੈਥਸ ਆਨਰਸ ਫਰੋਮ ਸੈਂਟ ਸਟੈਫਨ ਦਿੱਲੀ ਇੱਥੇ 3 ਸਾਲ ਰਿਹਾ ਇਹਦੇ ਬਾਅਦ ਇੱਥੋਂ ਫਿਰ ਚਲਾ ਗਿਆ ਹੀ ਡਿਡ ਇਜ਼ MCA ਇਨ ਕੰਪਿਊਟਰ ਸਾਇੰਸ ਫਰੋਮ ਪੂਨਾ ਯੂਨੀਵਰਸਿਟੀ ਓਕੇ ਸੋ ਹੀ ਵਾਜ਼ ਵਰਕਿੰਗ ਵਿਦ ਐਨ ਅਮੈਰੀਕਨ ਕੰਪਨੀ ਹੀ ਲੈਫਟ ਆਲ ਦੈਟ ਉਹਦੇ ਬਾਅਦ ਕਹਿੰਦਾ ਮੈਂ ਬਿਜ਼ਨਸ ਕਰਨਾ ਵਾਈਫ ਇਜ਼ ਆਲਸੋ MBA ਸੋ ਦੋ ਬੋਥ ਆਰ ਡੂਇੰਗ ਦੇ ਆਰ ਇਨਟੂ ਪ੍ਰਾਪਰਟੀ ਇਨ ਗੁਰਗਾਓਂ ਸੋ ਦੇ ਆਰ ਦੇਅਰ ਸੋ ਦਿਸ ਇਜ਼ ਆਲ ਬਟ ਹਰ ਹਿਜ਼ ਡਾਟਰ ਹੀ ਗਿਵਿੰਗ ਲੋਟ ਆਫ ਟਾਈਮ ਟੂ ਹਿਜ਼ ਡਾਟਰ ਓਕੇ ਉਹ ਮੈਂ ਦੇਖ ਰਿਹਾ ਕਿ ਸ਼ੀ ਇਜ਼ ਅ ਡੀਸੈਂਟ ਜੀ ਔਰ ਟਾਲ ਆਲਸੋ ਲਾਈਕ ਮਦਰ ਮਦਰ ਇਜ਼ ਆਲਸੋ ਆਲਮੋਸਟ 6 ਫਾਦਰ ਇਜ਼ ਆਲਸੋ ਆਲਮੋਸਟ 6 5'10" 5'11" ਅਤੇ ਉਹ ਵੀ ਲੰਬੀ ਹੈ ਅਤੇ ਸ਼ੀ ਇਜ਼ ਇਨ ਟੂ 8 ਸਾਲ ਦੀ ਹੈ ਬਟ ਪਲੇਇੰਗ ਡੀਸੈਂਟ ਟੈਨਿਸ ਸੋ ਹੀ ਸ਼ੀ ਇਜ਼ ਪਲੇਇੰਗ ਫੁੱਟਬਾਲ ਟੈਨਿਸ ਬਾਸਕਟਬਾਲ ਐਵਰੀਥਿੰਗ ਸ਼ੀ ਇਜ਼ ਪਲੇਇੰਗ ਐਂਡ ਆਈ ਹੋਪ ਐਂਡ ਮਾਈ ਗ੍ਰੈਂਡ ਸਨਸ ਆਰ ਟੇਕਨ ਟੂ ਸੋਕਰ ਇਨ ਇਨ ਅਮੈਰੀਕਾ ਜੀ ਦੇ ਬੋਥ ਆਰ ਪਲੇਇੰਗ ਫਾਰ ਦੇਅਰ ਸਕੂਲ and for this thing so this is how the life is ji sir sir si ke singh mein I missed one point jehde te ko ki particular point si ga jehde karan tusi dass rahe si ki jehda ajj da youth hai jehde oh nahi apni ban rahe e education we sade player jehde na maa pyo nu decision lena penda 90% of our players vanish when they come to the 10th class 9 10 educated class de vichkar the middle class let's understand ਗਰੀਬ ਬਹੁਤ ਹੈ ਉਸ ਨੂੰ ਵੀ ਅਫੋਰਡ ਨਹੀਂ ਕਰ ਸਕਦਾ ਕਿ ਉਹ ਖੇਡੇ ਗੇਮਸ ਆਰ ਨਾਉ ਬਿਕਮਿੰਗ ਕੋਸਟਲੀਅਰ ਕੋਈ ਵੀ ਗੇਮ ਲੈ ਲਓ ਫੁੱਟਬਾਲ ਛੱਡ ਦਿਓ ਬਾਕੀ ਅਦਰਵਾਈਜ਼ ਆਲ ਦਾ ਗੇਮਸ ਆਰ ਬਿਕਮਿੰਗ ਕੋਸਟਲੀ ਇੱਕ ਤੇਰੇ ਕਿਰਨ ਕਾਰਨ ਉਹ ਹੋ ਰਿਹਾ ਕਿ ਨਾਈਦਰ ਫਰੋਮ ਟਾਟਾ ਦੈਨ ਬਿਲਡਰਸ ਲੈਟਸ ਬੀ ਆਨੈਸਟ ਪੈਸੇ ਵਾਲਾ ਤਾਂ ਬੱਚਾ ਵੀ ਨਹੀਂ ਖੇਡਦਾ ਇਟ ਕਮ ਫਰੋਮ ਦਾ ਲੋਅਰ ਮਿਡਲ ਕਲਾਸ ਅਪਰ ਮਿਡਲ ਕਲਾਸ ਉਸ ਤੋਂ ਆਉਂਦਾ ਸਾਰਾ ਪਲੇਅਰ ਜੀ ਔਰ ਲੋਅਰ ਮਿਡਲ ਕਲਾਸ ਔਰ ਮਿਡਲ ਕਲਾਸ ਨੂੰ ਇਹ ਸਮਝ ਆ ਗਈ ਹੈ ਇਹ ਪਤਾ ਹੈ ਕਿ ਸਪੋਰਟਸ ਇਜ਼ ਨਾਟ ਐਟ ਦ ਮੂਮੈਂਟ ਸਪੋਰਟਸ ਕੈਰੀਅਰ ਲਿਵਿੰਗ ਕੈਰੀਅਰ ਨਹੀਂ ਹੈ ਓਕੇ ਉਹ ਭੁੱਲ ਜਾ ਤੁਸੀਂ ਕਿ ਹਾਂ ਜੀ ਧੋਨੀ ਇਤਨਾ ਕਮਾ ਗਿਆ ਕਿੰਨੇ ਪਰਸੈਂਟ ਹੈ ਜੀ
ਲੱਖਾਂ ਕ੍ਰਿਕਟ ਖੇਡਦੇ ਆ ਉਸ ਚੋਂ ਕਿੰਨੇ ਕੁ ਜਿਹੜੇ ਕਿ ਹੈ ਇਸੇ ਤਰ੍ਹਾਂ ਕਿਉਂਕਿ ਮਾਂ ਪਿਓ ਲੱਗੇ ਹੋਏ ਆ ਕਿ ਜੀ ਕ੍ਰਿਕਟ ਬਣ ਕੇ ਕਿਉਂਕਿ ਸਾਹਮਣੇ ਇੱਕ ਆਵਰਾ ਹੈ ਕਿ ਟੈਂਡੂਲਕਰ ਬਣੇਗਾ ਉਹ ਯੂ ਦੇ ਥਿੰਕ ਇਜ਼ ਦੇ ਆਰ ਆਲ ਗੋਇੰਗ ਦੈਟ ਸਾਈਡ ਲੇਕਿਨ 90% ਆਫ ਦੈਮ ਦੇ ਹੈਵ ਟੂ ਟੇਕ ਅ ਡਿਸੀਜਨ ਕਿ ਵੈਦਰ ਟੂ ਫੋਲੋ ਸਪੋਰਟਸ ਔਰ ਟੂ ਫੋਲੋ ਅ ਕੈਰੀਅਰ ਇੰਜੀਨੀਅਰ ਡਾਕਟਰ ਜਾਂ ਕਿਸੇ ਕੈਰੀਅਰ ਜਾਣਾ ਯੂ ਹੈਵ ਟੂ ਗਿਵ ਅਪ ਅਨਲੈਸ ਦੈਟ ਟਾਈਮ ਕਮਸ ਯੂਰਪ ਇਹ ਫਿਕਰ ਨਹੀਂ ਹੈ ਉੱਥੇ ਅਗਰ ਇੰਜੀਨੀਅਰ ਨਾ ਵੀ ਬਣਿਆ ਅਗਰ ਉਹ ਪਲੰਬਰ ਵੀ ਬਣ ਗਿਆ ਤਾਂ ਉਹ ਇੰਜੀਨੀਅਰ ਕੋਲ ਜ਼ਿਆਦਾ ਕਮਾਏਗਾ ਔਰ ਇੱਜ਼ਤ ਕੋਈ ਮਾੜੀ ਨਹੀਂ ਹੈ ਉੱਥੇ ਇਕੁਅਲ ਉੱਥੇ ਕੋਈ ਇਹ ਨਹੀਂ ਕਿ ਉਸਨੂੰ ਡਾਊਨਗ੍ਰੇਡ ਸਮਝੇਗਾ ਇਹ ਪਲੰਬਰ ਹੈ ਜਾਂ ਇਹ ਮਕੈਨਿਕ ਹੈ ਅਗਰ ਮਕੈਨਿਕ ਵੀ ਬਣ ਜਾਏਗਾ ਉਹਨੂੰ ਰੋਟੀ ਖਾਣ 'ਚ ਫਿਕਰ ਨਹੀਂ ਹੈ ਸੋ ਇਟਸ ਏ ਕੈਰੀਅਰ ਦਾ ਫਿਕਰ ਨਹੀਂ ਹੈ ਸਾਡੇ ਇੱਥੇ 90% ਆਫ ਦਾ ਸਪੋਰਟਸ ਪਰਸਨ ਦੇ ਵੈਨਿਸ਼ ਪ੍ਰੋਸਪੈਕਟਿਵ ਜਿਹੜੇ ਸਪੋਰਟਸ ਪਰਸਨ ਹੈ ਦੇ ਵੈਨਿਸ਼ ਮੈਂ ਮਿਲਖਾ ਸਿੰਘ ਉਹਨਾਂ ਨੂੰ ਸੁਣ ਰਿਹਾ ਸੀਗਾ ਅਤੇ ਉਹਨਾਂ ਨੇ ਆਪਣੇ ਇੱਕ ਇੰਟਰਵਿਊ 'ਚ ਗੱਲ ਕਹੀ ਕਿ ਮੈਂ ਅਤੇ ਮੇਰੀ ਉਹਨਾਂ ਉਹ ਅਤੇ ਉਹਨਾਂ ਦੀ ਵਾਈਫ ਦੋਨੋਂ ਡਾਇਰੈਕਟਰ ਰਿਟਾਇਰ ਹੋਏ ਸਪੋਰਟਸ ਡਿਪਾਰਟਮੈਂਟ ਤੋਂ ਉਹ ਬਹੁਤ ਇੰਡੀਆ ਵਿੱਚ ਉਹਨਾਂ ਨੇ ਨਾਮ ਕਮਾਇਆ ਪਰ ਤਾਂ ਵੀ ਨਹੀਂ ਚਾਹੁੰਦੇ ਸੀ ਕਿ ਉਹਨਾਂ ਦਾ ਬੇਟਾ ਸਪੋਰਟਸ ਦੇ ਵਿੱਚ ਜਾਏ ਕਿ ਤੁਹਾਡੇ ਵਿੱਚ ਵੀ ਇੱਦਾਂ ਦੀ ਕੋਈ ਫੀਲਿੰਗ ਸੀਗੀ ਨਹੀਂ ਆਈ ਆਈ ਥਿੰਕ ਨਾਟ ਦਿਸ ਵੇ ਬਟ ਆਈ ਹੈਵ ਟੂ ਆਈ ਟੋਲਡ ਯੂ ਕਿ ਜੇ ਬੇਟਾ ਅਗਰ ਉਹ ਟੈਨਿਸ ਵਾਲ ਮੈਨੂੰ ਲਗਾਈ ਰੱਖਦਾ ਤਾਂ ਖੇਡਦਾ ਰਹੇ ਹੀ ਟੂਕ ਅ ਡਿਸੀਜਨ ਟੂ ਗੋ ਫੋਰ ਦਿਸ ਠੀਕ ਹੈ ਉਹਨੇ ਛੋੜਤੀ ਬਿਲਕੁਲ ਟੈਨਿਸ ਜੀ ਉਹ ਐਜੂਕੇਸ਼ਨ ਚਲਾ ਗਿਆ ਐਜੂਕੇਸ਼ਨ ਕਰਕੇ ਹੁਣ ਫਿਰ ਖੇਡ ਰਿਹਾ ਐਵਰੀ ਡੇ ਉਹ ਬੇਟੀ ਨੂੰ ਵੀ ਖਿਲਾਉਂਦਾ ਹੈ ਕੋਚਿੰਗ ਵੀ ਉਹਨੂੰ ਕਰਾਉਂਦਾ ਹੈ ਉਹਦੇ ਨਾਲ ਕੋਚਿਸ ਨੂੰ ਵੀ ਲਗਾਇਆ ਹੋਇਆ ਆਪ ਵੀ ਖੇਡਦਾ ਐਜ ਏ ਪਾਸਟ ਟਾਈਮ ਇਜ਼ ਓਕੇ ਲੇਕਿਨ ਐਜ ਏ ਕੈਰੀਅਰ ਇਟਸ ਵੈਰੀ ਡਿਫੀਕਲਟ ਅਨਲੈਸ ਯੂ ਰੀਚ ਸਮ ਲੈਵਲ ਸੋ ਕੀ ਤੁਸੀਂ ਇੱਦਾਂ ਦੇ 5 ਜਾਂ 3 ਪੁਆਇੰਟ ਬੋਲੋਗੇ ਕਿ ਜਿਹੜਾ ਯੂਥ ਹੈਗਾ ਅਪਰ ਅਤੇ ਮਿਡਲ ਲੋਅਰ ਮਿਡਲ ਕਲਾਸ ਦੇ ਜਿਹੜਾ ਯੂਥ ਹੈਗਾ ਉਹ ਇਸ ਲਾਈਨ ਦੇ ਵਿੱਚ ਆਏ ਉਹਦੇ ਲਈ ਗੌਰਮੈਂਟ ਨੂੰ ਕੀ ਕਰਨ ਦੀ ਲੋੜ ਹੈ ਗੌਰਮੈਂਟ ਨੂੰ ਕਰਨ ਦੀ ਲੋੜ ਹੈ ਜਿਹੜਾ ਕਿ ਹੁਣ ਕੋਸ਼ਿਸ਼ ਕਰ ਰਿਹਾ ਮੈਂ ਸੁਣਿਆ ਜੀ ਕਿ ਦੇਰ ਇਜ਼ ਗੋਇੰਗ ਟੂ ਬੀ ਏ ਸਪੋਰਟਸ ਕਰਿਕੁਲਮ ਹੋਣਾ ਚਾਹੀਦਾ ਜਿਹਦੇ 'ਚ ਕਿ ਇੱਕ ਸਪੋਰਟਸ ਦਾ ਇੱਕ ਕਰਿਕੁਲਮ ਦੇ ਵਿਚਕਾਰ ਇੱਕ ਸਪੋਰਟਸ ਇੱਕ ਸਬਜੈਕਟ ਹੋਵੇ ਓਕੇ ਜਿਹਦੇ ਕਰਕੇ ਅਗਰ ਤੁਸੀਂ ਕਰਕੇ ਯੂ ਕੈਨ ਗੋ ਇਨ ਟੂ ਦਾ ਕੈਰੀਅਰ ਆਲਸੋ ਉਹਦੇ 'ਚ ਮਾਰਕਸ ਮਿਲਣ ਤੁਸੀਂ ਸਪੋਰਟਸ 'ਚ ਅੱਛਾ ਕਰ ਰਹੇ ਹੋ ਜਾਂ ਉਹਦੇ ਤੁਸੀਂ ਕੁਛ ਜਿਸ ਤਰ੍ਹਾਂ ਫਿਜਿਕਸ ਹੈ ਫਿਜਿਕਸ ਦਾ ਅਗਰ ਪੇਪਰ ਅੱਛਾ ਕੀਤਾ ਤਾਂ ਤੁਹਾਨੂੰ ਮਾਰਕਸ ਮਿਲ ਰਹੇ ਦੈਟ ਸਪੋਰਟਸ ਵੀ ਆਲਸੋ ਕਰਿਕੁਲਮ ਤੋ ਉਹਦੇ 'ਚ ਕਰਕੇ ਐਂਡ ਆਲਸੋ ਅਦੇ ਜੋ ਨੌਕਰੀਆਂ ਮਿਲਣੀਆਂ ਸ਼ੁਰੂ ਹੋਣ ਤੁਸੀਂ ਸਪੋਰਟਸ ਖਾਲੀ ਐਜ ਏ ਸਪੋਰਟਸ ਪਰਸਨ ਦੀ ਗੱਲ ਨਹੀਂ ਹੈ ਸਪੋਰਟਸ ਐਜ ਏ ਕੈਰੀਅਰ ਇਜ਼ ਆਲਸੋ ਇੰਪੋਰਟੈਂਟ ਐਜ ਏ ਕੋਚ ਐਜ ਏ ਟ੍ਰੇਨਰ ਐਜ ਏ ਸਪੋਰਟਸ ਮੈਡੀਸਨ ਸੋ ਉਹ ਜਿਹੜਾ ਹੈ ਉਹ ਸਾਰਾ ਅਗਰ ਕੈਰੀਅਰ ਇੱਕ ਬਣ ਜਾਏ ਮਤਲਬ ਇੱਕ ਸਬਜੈਕਟ ਦੀ ਤਰ੍ਹਾਂ ਮੇਨ ਸਬਜੈਕਟ ਦੀ ਤਰ੍ਹਾਂ ਡੀਲ ਕੀਤਾ ਜਾਵੇ ਤਾਂ ਕਿ ਉਹਦੇ ਵਿਚਕਾਰ ਵੀ ਲੋਕ ਜਾ ਕੇ ਤੁਸੀਂ ਦੇਖੋ ਕਿ ਉਹਦੇ ਵਿਚਕਾਰ ਤੁਸੀਂ ਪਲੇਅਰ ਨਿਕਲਣਗੇ ਠੀਕ ਜੀ ਵੈਰੀ ਇੰਪੋਰਟੈਂਟ ਚਲੋ ਐਸੀ ਐਸੀ ਉਮੀਦ ਅਤੇ ਇਸ ਇੰਟਰਵਿਊ ਨੂੰ ਰੈਪ ਅਪ ਕਰਦੇ ਹਾਂ ਸਰ ਤੁਸੀਂ ਸਾਡੇ ਟਾਈਮ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਸਰ ਇਟ ਵਾਸ ਪਲੇਜ਼ਰ ਟਾਕਿੰਗ ਟੂ ਯੂ ਸਰ ਪਲੇਜ਼ਰ ਟਾਕਿੰਗ ਥੈਂਕ ਯੂ ਸਰ